ਇਸ 1 ਟੂ 1 ਸ਼ੋਅ 'ਚ ਤੁਹਾਡਾ ਸਵਾਗਤ ਹੈ। ਇਸ ਸ਼ੋਅ 'ਚ ਅੱਜ ਸਾਡੇ ਮਹਿਮਾਨ ਨੇ ਇੱਕ ਕੈਨੇਡੀਅਨ ਸਿਆਸਤਦਾਨ ਅਮਰਜੀਤ ਸੋਹੀ। ਪਿਛਲੀਆਂ ਕੈਨੇਡਾ ਦੀਆਂ ਚੋਣਾਂ 'ਚ ਉਹ ਐਡਮੌਂਟਨ ਮਿਲਵੁੱਡਸ ਤੋਂ ਮੈਂਬਰ ਪਾਰਲੀਮੈਂਟ ਚੁਣੇ ਗਏ ਅਤੇ ਐਸ.ਐਲ.ਏ. ਰਾਸ਼ਟਰੀ ਸਰਕਾਰ ਵਿੱਚ ਮੰਤਰੀ ਨੇ। ਉਹ ਚਾਰ ਭਾਰਤੀ ਮੂਲ ਦੇ ਮੰਤਰੀਆਂ ਵਿੱਚੋਂ ਇੱਕ ਨੇ। ਇਹ ਸਿਰਫ ਉਹਨਾਂ ਦੇ ਪਰਿਵਾਰ ਵਾਸਤੇ ਹੀ ਨਹੀਂ ਸਾਡੇ ਸਾਰਿਆਂ ਵਾਸਤੇ ਬੜੇ ਫਖਰ ਅਤੇ ਮਾਣ ਦੀ ਗੱਲ ਹੈ। ਪਰ ਉਹਨਾਂ ਦਾ ਪੰਜਾਬ ਤੋਂ ਕੈਨੇਡਾ ਦਾ ਸਫ਼ਰ ਬਹੁਤ ਔਖਾ ਅਤੇ ਮੁਸ਼ਕਲਾਂ ਭਰਿਆ ਸੀ ਅਸੀਂ ਅੱਜ ਉਹਨਾਂ ਨਾਲ ਇਸ ਬਾਰੇ ਅਤੇ ਕੈਨੇਡਾ ਦੀ ਸਿਆਸਤ ਬਾਰੇ ਗੱਲ ਕਰਨ ਜਾ ਰਹੇ ਹਾਂ ਅਮਰਜੀਤ ਸੋਈ ਤੁਹਾਡਾ ਇਸ ਸ਼ੋਅ 'ਚ ਸਵਾਗਤ ਹੈ ਥੈਂਕ ਯੂ ਜੀ so much ਤੁਸੀਂ ਮੈਨੂੰ ਇਨਵਾਈਟ ਕੀਤਾ ਆਪਣੇ ਸ਼ੋਅ ਦੇ ਵਿੱਚ ਪਿੱਛੇ ਜਿਹੜੇ ਤੁਹਾਡੇ ਫਾਦਰ ਅਕਾਲ ਚਲਾਣਾ ਕਰ ਗਏ ਸੋਗ ਦੀ ਘੜੀ 'ਚ ਅਸੀਂ ਤੁਹਾਡੇ ਨਾਲ ਆ ਸਾਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੇਰੇ ਪਿਤਾ ਜੀ 101 ਸਾਲ ਦੀ ਉਮਰ ਪੋਗ ਕੇ ਸਾਨੂੰ ਛੱਡ ਕੇ ਗਏ ਨੇ ਬੜੀ ਬਦਈਆ ਜ਼ਿੰਦਗੀ ਸੀ ਉਹਨਾਂ ਦੀ ਸਾਨੂੰ ਦੁੱਖ ਹੈ ਉਹਨਾਂ ਦੇ ਜਾਣ ਦਾ ਤੇ ਨਾਲ ਹੀ ਨਾਲ ਮੈਂ ਧੰਨਵਾਦ ਵੀ ਕਰਨਾ ਚਾਹਣਾ ਸਾਰੇ ਹੀ ਸਾਡੇ ਦੋਸਤਾਂ ਦਾ ਮਿੱਤਰਾਂ ਦਾ ਜਿਨ੍ਹਾਂ ਨੇ ਸਾਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਸਾਡਾ ਸਾਥ ਦਿੱਤਾ ਪਰ ਨਾਲ ਹੀ ਨਾਲ ਅਸੀਂ ਸਾਡੇ ਬਾਪੂ ਜੀ ਦੀ ਲਾਈਫ ਨੂੰ ਸੈਲੀਬ੍ਰੇਟ ਵੀ ਕੀਤਾ ਕਿਉਂਕਿ ਇੱਕ ਸਾਲ ਦੀ 101 ਸਾਲ ਦੀ ਉਮਰ ਬਹੁਤ ਥੋੜੇ ਥੋੜੇ ਵਿਅਕਤੀਆਂ ਨੂੰ ਮਿਲਦੀ ਹੈ ਪਲੱਸ ਜਿਹੜਾ ਉਹਨਾਂ ਦਾ ਆਪਣਾ ਵੈਲਿਊ ਸੀਗਾ ਜੀ ਮਿਹਨਤ ਕਰਨੀ ਸਾਦੇ ਭਾਵਨਾ ਤੇ ਇਸ ਤਰ੍ਹਾਂ ਦਾ ਲਾਈਫ ਸਟਾਈਲ ਸੀ ਉਹਨਾਂ ਦਾ ਕਿ ਕਦੇ ਕਿਸੇ ਨਾਲ ਗੁੱਸੇ ਨਹੀਂ ਸੀ ਹੁੰਦੇ ਹਮੇਸ਼ਾ ਪਿਆਰ ਦੇ ਨਾਲ ਬੋਲਦੇ ਸੀ ਨਿਮਰਤਾ ਦੇ ਨਾਲ ਰਹਿੰਦੇ ਸੀ ਉਹੀ ਵੈਲਿਊਸ ਸਾਨੂੰ ਉਹਨਾਂ ਨੇ ਟੀਚ ਕੀਤੀਆਂ ਨੇ ਐਂਡ ਵੀ ਆਰ ਸੋ ਸੋ ਪ੍ਰਾਊਡ ਥੈਟ ਥੈਟ ਹੀ ਵਸ ਤਾਰੇ ਕੋਰਿੰਦੇ ਸੀ ਕਿ ਅਮਰਜੀਤ ਜੀ ਜਾਂ ਇਥੇ ਰਹਿੰਦੇ ਸੀ ਉਹ ਕੈਨੇਡਾ ਦੇ ਵਿੱਚ ਰਹਿੰਦੇ ਸੀ ਜੀ ਅਸੀਂ ਇਹ ਤਿੰਨ ਭਰਾ ਜੋ ਕੈਨੇਡਾ ਦੇ ਵਿੱਚ ਰਹਨੇ ਆ ਅਤੇ ਮੇਰੇ ਜਿਹੜੇ ਮਿਡਲ ਬ੍ਰਦਰ ਨੇ ਹਰਕੇਸ਼ ਸੋਹੀ ਉਹਨਾਂ ਦੇ ਨਾਲ ਉਹ ਰਹਿੰਦੇ ਸੀ ਤੇ ਮੇਰੇ ਵੱਡੇ ਬ੍ਰਦਰ ਜਿਹੜੇ ਜਗਦੇਵ ਸੋਹੀ ਨੇ ਕੈਨੇਡਾ ਐਡਵੈਂਟਨ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੇ ਸਾਨੂੰ ਸਪான்ਸਰ ਕੀਤਾ ਸੀ ਉੱਥੇ ਜਾਣ ਵਾਸਤੇ ਜਦੋਂ ਤੁਸੀਂ ਐਮਪੀ ਬਣੇ ਫਿਰ ਮਨਿਸਟਰ ਬਣੇ ਜੀ ਉਦੋਂ ਤੁਹਾਡੇ ਕੋਲ ਸੀ ਉੱਥੇ ਹੋ ਹਾਂਜੀ ਕੈਂਪੇਨ ਦੇ ਦਿਨ ਦਿਨਾਂ ਦੇ ਵਿੱਚ ਸਾਡੇ ਬਾਪੂ ਜੀ ਕਿਉਂਕਿ ਉਹਨਾਂ ਦੀ ਸਿਹਤ ਚੰਗੀ ਸੀਗੀ ਤੇ ਵਾਕ ਰੌਂਡ ਕਰਦੇ ਸੀਗੇ ਨੇਬਰਹੂਡ ਦੇ ਵਿੱਚ ਆਪ ਜਾਂਦੇ ਸੀਗੇ ਨੇਬਰ ਉਹਨਾਂ ਦਾ ਪਹਿਲਾ ਰਿਐਕਸ਼ਨ ਕੀ ਸੀ ਜਦੋਂ ਤੁਸੀਂ ਮੰਤਰੀ ਬਣਿਆ ਅ ਇੰਟਰਸਟਿੰਗਲੀ ਜਦੋਂ ਮੈਂ ਮੈਨੂੰ ਪੁਆਇੰਟ ਕੀਤਾ ਗਿਆ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਹੋਣਾ ਬਣੋ ਐਜ਼ ਅ ਮਿਨਿਸਟਰ ਆਫ ਇਨਫਰਾਸਟਰਕਚਰ ਐਂਡ ਕਮਿਊਨਿਟੀਜ਼ ਉਸ ਵੇਲੇ ਮੈਂ ਤੇ ਆਟਵਾ ਸੀਗਾ ਪਰ ਸਾਡਾ ਬਾਕੀ ਪਰਿਵਾਰ ਐਡਮੰਟਨ ਦੇ ਵਿੱਚ ਸੀਗਾ ਤੇ ਬਾਪੂ ਜੀ ਨੂੰ ਮੀਡੀਆ ਵਾਲੇ ਨੇ ਪੁੱਛਿਆ ਕਿ ਤੁਸੀਂ ਕੀ ਫੀਲ ਕਰ ਰਹੇ ਹੋ ਤੇ ਬਾਪੂ ਜੀ ਨੇ ਕਿਹਾ ਕਿ ਮੈਨੂੰ ਮਾਣ ਹੈ ਆਪਣੇ ਆਪਣੇ ਪੁੱਤ ਦੇ ਉੱਪਰ ਤੇ ਮੈਨੂੰ ਇਸ ਦਾ ਯਕੀਨ ਵੀ ਹੈ ਕਿ ਮੇਰਾ ਬੇਟਾ ਸਭ ਵਾਸਤੇ ਬਰਾਬਰਤਾ ਨਾਲ ਕੰਮ ਕਰੇਗਾ ਕਦੇ ਵੀ ਇਸ ਤਰ੍ਹਾਂ ਦੀ ਉਹਦੀ ਅਪਰੋਚ ਨਹੀਂ ਹੋਵੇਗੀ ਕਿ ਉਹ ਸਿਰਫ ਕੁਝ ਲੋਕਾਂ ਵਾਸਤੇ ਕੰਮ ਕਰੇਗਾ ਉਹ ਸਾਰੀ ਸੋਸਾਇਟੀ ਵਾਸਤੇ ਕੰਮ ਕਰੇਗਾ ਜਦੋਂ ਮੈਂ ਉਹ ਕਲਿੱਪ ਵਾਚ ਕੀਤੀ ਵੀਡੀਓ ਦੇ ਉੱਪਰ ਦਨ ਆਈ ਰੀਲੀ ਆਈ ਰੀਲੀ ਰੀਲੀ ਫੈਲਟ ਕਿ ਦੈਟ ਦੈਟ ਦ ਦ ਵੈਲਿਊਜ਼ ਕੇਮ ਥਰੂ ਟੂ ਮੀ ਐਜ਼ ਅ ਇਲੈਕਟਿਡ ਅਫੀਸ਼ਰ ਕੇ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਨੇ ਉਹ ਸਾਰੇ ਲੋਕਾਂ ਪ੍ਰਤੀ ਨੇ ਅਮਰਜੀਤ ਜੀ ਤੁਹਾਡਾ ਜਨਮ ਬਨਪੋਰਾ ਮਲੇਰਕੋਟਲੇ ਦੇ ਪਿੰਡ ਜਿਹੜਾ ਪਿੰਡ ਹੈ ਉੱਥੇ ਹੋਇਆ। ਹਾਂਜੀ। ਪੰਜਾਬ ਤੋਂ ਇਸ ਪਿੰਡ ਤੋਂ ਕੈਨੇਡਾ ਕਿਵੇਂ ਪਹੁੰਚੇ? ਤੁਹਾਡੇ ਬ੍ਰਦਰ ਤੁਸੀਂ ਕਿਹਾ ਉਹਨਾਂ ਨੇ ਸਪான்ਸਰ ਕੀਤਾ ਪਰ ਕੀ ਹਾਲਾਤ ਬਣੇ? ਮੇਰੇ ਬ੍ਰਦਰ ਜਗਦੇਵ ਸਿੰਘ ਸੋਹੀ ਤੇ ਉਹਨਾਂ ਦੇ ਮੈਸੇਜ ਰਜਿੰਦਰ ਕੌਰ ਸੋਹੀ ਜੋ ਕੈਨੇਡਾ ਦੇ ਵਿੱਚ ਰਹਿੰਦੇ ਸੀਗੇ ਉਹਨਾਂ ਨੇ ਸਾਨੂੰ ਸਪான்ਸਰ ਕੀਤਾ ਸੀ ਮ ਉਹਦੋਂ 18 ਸਾਲ ਦੀ ਉਮਰ ਦਾ ਸੀਗਾ ਜਦੋਂ ਮੈਂ ਐਜ਼ ਅ ਫੈਮਿਲੀ ਕਲਾਸ ਇਮੀਗ੍ਰੈਂਟ ਦੇ ਤੌਰ ਤੇ ਕੈਨੇਡਾ ਗਿਆ ਤੁਹਾਨੂੰ ਪਤਾ ਹੈ ਕਿ ਬਹੁਤ ਲੋਕੀ ਜੋ ਪੰਜਾਬ ਦੇ ਵਿੱਚੋਂ ਦੂਜੇ ਦੇਸ਼ਾਂ ਦੇ ਵਿੱਚ ਜਾਂਦੇ ਨੇ ਇਕਨੋਮਿਕ ਸਿਚੁਏਸ਼ਨ ਕਰਕੇ ਜਾਂਦੇ ਨੇ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਵਾਸਤੇ ਜਾਂਦੇ ਨੇ ਉਹੀ ਜੇ ਸਾਡਾ ਜਿਹੜਾ ਡਿਸੀਜਨ ਸੀਗਾ ਇਹ ਦੋਜ਼ ਇਕਨੋਮਿਕ ਰੀਜ਼ਨਸ ਕਿ ਤੁਸੀਂ ਆਪਣੇ ਜਿਹੜੀ ਓਪਰਚ्युनिटीज ਨੇ ਤੁਹਾਨੂੰ ਬਿਹਤਰੀ ਵਾਸਤੇ ਕੈਨੇਡਾ ਵਿੱਚ ਜ਼ਿਆਦਾ ਮਿਲਦੀਆਂ ਨੇ ਸੋ ਦੈਟਸ ਹਾਉ ਆਈ ਵੈਂਟਡ ਟੂ ਕੈਨੇਡਾ ਅਨਫੈਕਟ ਜਦੋਂ ਉੱਥੇ ਪਹੁੰਚੇ ਤੇ ਉੱਥੇ ਸਾਰੇ ਇਮੀਗ੍ਰੈਂਟਸ ਵਾਂਗੂ ਤੁਹਾਨੂੰ ਵੀ ਮੁਸ਼ਕਲਾਂ ਆਈਆਂ ਹੋਣੀਆਂ ਅੰਗਰੇਜ਼ੀ ਉੱਥੇ ਬੋਲਦੇ ਆ ਅੰਗਰੇਜ਼ੀ ਸਿੱਖਣੀ ਪਈ ਹੋਗੀ ਹਾਂਜੀ ਦੇਖੋ ਮੈਂ ਇਹ ਆਪਣੇ ਤਜਰਬੇ ਬਾਰੇ ਕਾਫੀ ਖੁੱਲ ਕੇ ਗੱਲ ਕਰਦਾ ਹਾਂ ਕੈਨੇਡਾ ਦੇ ਵਿੱਚ ਵੀ ਕਿ ਜਦੋਂ ਮੈਂ ਗਿਆ ਉੱਥੇ ਤਾਂ ਮੈਨੂੰ ਇੰਗਲਿਸ਼ ਬਿਲਕੁਲ ਨਹੀਂ ਸੀ ਆਂਦੀ ਐਟ ਤੇ ਉੱਥੋਂ ਦੇ ਕਲਚਰ ਬਾਰੇ ਵੀ ਮੈਨੂੰ ਬਹੁਤ ਬਿਲਕੁਲ ਨੌਲੇਜ ਨਹੀਂ ਸੀ ਸੋ ਸਕੂਲ ਦੇ ਵਿੱਚ ਕਾਫੀ ਸਟਰਗਲ ਕਰਨੇ ਪਈ ਅੰਨਾ ਸਲਵਾ ਦਾ ਕਾਫੀ ਸਾਹਮਣਾ ਕਰਨਾ ਪਾ ਬੁੱਲਿੰਗ ਦਾ ਕਾਫੀ ਸਾਹਮਣਾ ਕਰਨਾ ਪਿਆ ਔਰ ਇਟਸ ਉਹ ਜਿਹੜੇ ਤਜਰਬੇ ਮੈਂ ਹਮੇਸ਼ਾ ਸ਼ੇਅਰ ਕਰਦਾ ਆਪਣੇ ਸਪੀਚਸ ਦੇ ਵਿੱਚ ਆਪਣੀ ਜਿਹੜੀ ਪ੍ਰੈਜੈਂਟੇਸ਼ਨਸ ਨੇ ਉਹਨਾਂ ਦੇ ਵਿੱਚ ਤਾਂ ਕਿ ਇੱਕ ਉਹਨਾਂ ਵਿੱਚੋਂ ਸਿੱਖਿਆ ਵੀ ਮਿਲੇ ਕਿ ਅਗਰ ਤੁਸੀਂ ਹਾਰਡ ਵਰਕ ਕਰਦੇ ਸੀ ਓਵਰਕਮ ਕਰ ਸਕਦੇ ਹੋ ਉਹਨਾਂ ਚੀਜ਼ਾਂ ਨੂੰ ਪਰ ਨਾਲ ਨਾਲ ਇਹ ਅਵੇਅਰਨੈਸ ਵੀ ਕਰਨੀ ਕਿ ਕੈਨੇਡਾ ਵਰਗੇ ਦੇਸ਼ ਦੇ ਵਿੱਚ ਵੀ ਕਿਤੇ ਨਾ ਕਿਸੇ ਲੈਵਲ ਤੇ ਜਿਹੜਾ ਡਿਸਕ੍ਰਿਮੀਨੇਸ਼ਨ ਉਹ ਅਗੇਜਸਟ ਕਰ ਰਿਹਾ ਸੋ ਉਹ ਅਗਰ ਉਹਨੂੰ ਓਵਰਕਮ ਕਰਨਾ ਹੈ ਤਾਂ ਕਲੈਕਟਿਵਲੀ ਸਾਨੂੰ ਕੁਝ ਚੇਂਜਸ ਲੈ ਆਉਣੀਆਂ ਪੈਣੇ ਥਾਟ ਵਾਸ ਦਾ ਰੀਜ਼ਨ ਐਕਚੁਅਲੀ ਆਈ ਗਾਟ ਇਨ ਟੂ ਪੋਲਿਟਿਕਸ ਬਿਕਾਜ਼ ਆਫ ਦੋਜ਼ ਐਕਸਪੀਰੀਐਂਸਸ ਓਕੇ ਸੋ ਉੱਥੇ ਫਿਰ ਕੰਮ ਵੀ ਕਈ ਕਰਨੇ ਪਏ ਹੋਣੇ ਤੁਸੀਂ ਤੁਹਾਨੂੰ ਥੀਏਟਰ ਦਾ ਇੰਟਰਸਟ ਸੀਗਾ ਸੁਣਿਆ ਬੱਸ ਵੀ ਚਲਾਈ ਹੋਰ ਵੀ ਕੁਝ ਕੰਮ ਕਰਨੇ ਪਏ ਹਾਂਜੀ ਮੈਂ ਪਹਿਲਾਂ ਤਾਂ ਆਪਣੇ ਛੋੜੇ ਰੈਸਟੋਰੈਂਟਾਂ ਦੇ ਵਿੱਚ ਕੰਮ ਕਰਦਾ ਸੀ ਜਿਵੇਂ ਮੈਕਡੋਨਲਡਸ ਰੈਸਟੋਰੈਂਟ ਉੱਤੇ ਵਿੱਚ ਕੁਕਿੰਗ ਦਾ ਕੰਮ ਕਰਨਾ ਉਸ ਤੋਂ ਬਾਅਦ ਪੇਪਰ ਡਿਲੀਵਰੀ ਜਿਹੜੇ ਸਾਡੇ ਮੇਜਰ ਪੇਪਰਸ ਨੇ ਉਹਨਾਂ ਨੂੰ ਰਾਤ ਨੂੰ ਡਿਲੀਵਰ ਕਰਨਾ ਤੇ ਕਲੀਨ ਅਪ ਦਾ ਕੰਮ ਕਰਨਾ ਫਿਰ ਦਿਨਾਈ ਡਰੋਪ ਟੈਕਸੀ ਤਿੰਨ ਚਾਰ ਸਾਲ ਵਾਸਤੇ ਤੇ ਫਿਰ ਮੈਂ ਇੰਡੀਆ ਆ ਗਿਆ ਸੀ ਥੋੜੀ ਜਿੜ੍ਹ ਵਾਸਤੇ ਤੇ ਜਦੋਂ ਮੈਂ ਵਾਪਸ ਗਿਆੰਡੀਆ ਤਾਂ देन आई स्टार्टेड ਵਰਕਿੰਗ ਫॉर ਆਪਣੇ ਐਡਮਿੰਟਨ ਟ੍ਰਾਂਜ਼ਿਟ ਜਿਹੜਾ ਪਬਲਿਕ ਟ੍ਰਾਂਜ਼ਿਟ ਸਿਸਟਮ ਹੈ ਬੱਸ ਸਿਸਟਮ ਹੈ ਉਹਦੇ ਵਿੱਚ ਮੈਂ ਕੰਮ ਕੀਤਾ 1991 ਤੋਂ ਲੈ ਕੇ 2007 ਤੱਕ ਜਦੋਂ ਮੈਂ ਇਲੈਕਟ ਹੋਇਆ ਐਜ਼ ਅ ਐਜ਼ ਅ ਮਿਨਿਸਪਲ ਕਾਉਂਸਲਰ ਬਹੁਤ ਖੂਬ ਇਸ ਦਰਮਿਆਨ 1988 ਚ ਮੈਂ ਪੜ ਰਿਹਾ ਸੀ ਤੁਸੀਂ ਜੋ ਇੰਡੀਆ ਆਏ ਜੀ ਤੁਹਾਨੂੰ ਥੀਏਟਰ ਦਾ ਇੰਟਰਸਟ ਸੀ ਉਹਦੇ ਕਰਕੇ ਸ਼ਾਇਦ ਤੁਸੀਂ ਬਿਹਾਰ ਗਏ ਉੱਥੇ ਇੱਕ ਬੜਾ ਮੰਦ ਭਾਗਾ ਵਾਕਿਆ ਹੋਇਆ ਤੁਹਾਨੂੰ ਉੱਥੇ ਫੜ ਲਿਆ ਗਿਆ ਹਿਰਾਸਤ ਵਿੱਚ ਰੱਖਿਆ ਗਿਆ 18 ਮਹੀਨੇ ਤਾਨੂੰ ਇਕੱਲੇ ਵੀ ਰੱਖਿਆ ਗਿਆ ਜੀ ਉਹ ਕੀ ਹੋਇਆ ਸੀ ਮੇਰਾ ਜੀ ਐਡਵੈਂਟਨ ਦੇ ਵਿੱਚ ਰਹਿੰਦੇ ਆ ਸਾਡਾ ਇੱਕ ਗਰੁੱਪ ਸੀਗਾ ਜਿਹੜਾ ਪੰਜਾਬ ਦੇ ਜੋ ਹਾਲਾਤ ਸੀਗੇ ਉਹਨਾਂ ਬਾਰੇ ਕਾਫੀ ਚਿੰਤਤ ਸੀਗਾ ਅਸੀਂ ਜਿਹੜੀ ਆ ਅਤਵਾਦ ਦਾ ਵਿਰੋਧ ਕਰਦੇ ਸੀ ਤੇ ਨਾਲ ਨਾਲ ਅਸੀਂ ਸਟੇਟ ਅਪ੍ਰੈਸ਼ਨ ਦਾ ਵੀ ਵਿਰੋਧ ਕਰਦੇ ਸੀ ਅਸੀਂ ਬੜੇ ਪ੍ਰੋਗਰੈਸਿਵ ਵੈਲਿਊ ਵਾਲੇ ਲੋਕ ਸੀਗੇ ਜਿਸ ਦਾ ਸਾਡਾ ਜਿਹੜਾ ਰਿਲੇਸ਼ਨ ਸੀਗਾ ਗੁਰਸ਼ਰਨ ਭਾਜੀ ਉਹਨਾਂ ਦੇ ਨਾਲ ਕਾਫੀ ਸਟਰੋਂਗ ਰਿਲੇਸ਼ਨ ਸੀਗਾ ਉਹਨਾਂ ਕਰਕੇ ਹੀ ਮੈਂ ਥੀਏਟਰ ਦੇ ਵਿੱਚ ਆਇਆ ਸੀਗਾ ਤੇ ਜਦੋਂ ਮੈਂ ਪੰਜਾਬ ਦੇ ਵਿੱਚ ਆਇਆ ਤੇ ਮੈਂ ਹੋਰ ਸਿੱਖਣਾ ਚਾਹੁੰਦਾ ਸੀ ਕਿ ਥੀਏਟਰ ਨੂੰ ਅਸੀਂ ਕਿਵੇਂ ਯੂਟਿਲਾਈਜ਼ ਕਰ ਸਕਦੇ ਹਾਂ ਟੂ ਬ੍ਰਿੰਗ ਸੋਸ਼ਲ ਚੇਂਜ ਜੀ ਉਹਦੇ ਕਰਕੇ ਫਿਰ ਮੈਂ ਬਿਹਾਰ ਦੇ ਵਿੱਚ ਜਦੋਂ ਗਿਆ ਤੇ ਅਨਫੋਰਚਨਟਲੀ ਉਦੋਂ ਹਾਲਾਤ ਪੰਜਾਬ ਦੇ ਇਸ ਤਰ੍ਹਾਂ ਦੇ ਸੀ ਕਿ ਹਰ ਸਿੱਖ ਨੂੰ ਸ਼ੱਕ ਦੀ ਨਜ਼ਰ ਦੇ ਨਾਲ ਦੇਖਿਆ ਜਾਂਦਾ ਸੀ ਤੇ ਮੈਂ ਜਦੋਂ ਉੱਥੇ ਗਿਆ ਤਾਂ ਉਹਨਾਂ ਨੇ ਮੇਰਾ ਨਾਂ ਦੇਖਿਆ ਕਿ ਅਮਰਜੀਤ ਸਿੰਘ ਸੋਹੀ ਪੰਜਾਬ ਤੋਂ ਹੈ ਇੱਥੇ ਤੇ ਕੈਨੇਡਾ ਨਾਲ ਇਹਦੇ ਸੰਬੰਧ ਨੇ ਉਹ ਸ਼ੱਕ ਦੇ ਵਿੱਚ ਉਹਨਾਂ ਨੇ ਮੈਨੂੰ ਗ੍ਰਿਫਤਾਰ ਕੀਤਾ ਤੇ ਤਕਰੀਬਨ 2 ਸਾਲ ਦੇ ਵਿੱਚ ਜਦੋਂ ਉੱਥੇ ਮੈਨੂੰ ਉਹਨਾਂ ਨੇ ਜੇਲ੍ਹ ਦੇ ਵਿੱਚ ਰੱਖਿਆ ਜੀ ਦੇ ਵਿੱਚ 18 ਸਾਲ ਆਲਮੋਸਟ ਤਾਂ ਸੋਲਿਟਰੀ ਸੌਰੀ 18 ਮਹੀਨੇ ਸੋਲਿਟਰੀ ਕਨਫਾਈਨਮੈਂਟ ਦੇ ਵਿੱਚ ਰਾਈਟ ਉਹ ਵੀ ਮੇਰਾ ਤਜਰਬਾ ਹੈ ਜਿਹਨੂੰ ਮੈਂ ਹਮੇਸ਼ਾ ਯਾਦ ਰੱਖਦਾ ਹਮੇਸ਼ਾ ਉਹਨੂੰ ਮੈਂ ਸ਼ੇਅਰ ਕਰਦਾ ਲੋਕਾਂ ਦੇ ਨਾਲ ਤਾਂ ਕਿ ਉਹਦੇ ਵਿੱਚ ਵੀ ਕੁਝ ਸਿੱਖਿਆ ਜਾ ਸਕੇ ਮੇਰੀ ਬੜੀ ਸਟਰੋਂਗ ਕਮਿਟਮੈਂਟ ਹੈ ਜੀ ਹਿਊਮਰ ਐਂਡ ਸੋਸ਼ਲ ਜਸਟਿਸ ਦੇ ਨਾਲ ਮੇਰੇ ਆਪਣੇ ਤਜਰਬੇ ਕਰਕੇ ਸੋ ਮੈਂ ਪੋਲਿਟਿਕਸ ਦੇ ਵਿੱਚ ਆਉਣ ਦਾ ਇੱਕ ਕਾਰਨ ਇਹ ਵੀ ਸੀ ਕਿ ਇਹ ਦੁਨੀਆ ਚੇਂਜਸ ਲਿਆਂਦੇ ਜਾਂਨ ਸੋਸਾਇਟੀ ਦੇ ਵਿੱਚ ਕਿ ਜੋ ਤੇ ਰਿਹਾਈ ਕਿਵੇਂ ਹੋਈ ਤੁਹਾਡੀ 18 21 ਮਹੀਨੇ ਬਾਅਦ ਉਹ ਇਸ ਤਰ੍ਹਾਂ ਸੀ ਕਿਉਂਕਿ ਪੋਲਿਟੀਕਲ ਪ੍ਰੀਜ਼ਨਰ ਪ੍ਰੀਜ਼ਨਰ ਦੇ ਤੌਰ ਤੇ ਉਸ ਵੇਲੇ ਕਾਫੀ ਡਿਮਾਂਡ ਹੋ ਰਹੀ ਸੀ ਕਿ ਜਦ ਸਾਰੇ ਪੋਲਿਟੀਕਲ ਪ੍ਰੀਜ਼ਨਰਸ ਨੇ ਉਹਨਾਂ ਨੂੰ ਰਿਹਾਅ ਕੀਤਾ ਜੇ ਮੇਰੇ ਕੋਈ ਚਾਰਜ ਨਹੀਂ ਸੀ ਲੱਗਿਆ ਠੀਕ ਹੈ ਉਹਨਾਂ ਨੇ ਮੈਨੂੰ ਕੋਈ ਇਸ ਤਰ੍ਹਾਂ ਦਾ ਨਹੀਂ ਸੀ ਕਿ ਮੈਨੂੰ ਚਾਰਜ ਕੀਤਾ ਕਿਸੇ ਕ੍ਰਾਈਮ ਦੇ ਅੰਡਰ ਦੇ ਕੈਪਟ ਮੀ ਅੰਡਰ ਤਾੜਾ ਦੇ ਅੰਡਰ ਉਹਨਾਂ ਨੇ ਕਿਉਂਕਿ ਉਹਨਾਂ ਕੋਲ ਅਥਾਰਟੀ ਸੀ 2 ਸਾਲ ਕਿਸੇ ਨੂੰ ਵੀ ਜੇਲ੍ਹ ਦੇ ਵਿੱਚ ਰੱਖਣ ਦੀ ਠੀਕ ਪਰ ਉਹ ਜਦੋਂ ਚੇਂਜਸ ਆਏ ਪੋਲਿਟੀਕਲ ਚੇਂਜਸ ਆਏ ਉਦੋਂ ਫਿਰ ਇਹ ਕੈਨੇਡਾ ਗਵਰਨਮੈਂਟ ਦਾ ਵੀ ਬਹੁਤ ਪ੍ਰੈਸ਼ਰ ਸੀਗਾ ਠੀਕ ਇੱਕ ਵੀਕ ਦੇ ਵਿੱਚ ਹੀ ਦੱਸ ਦਿੱਤਾ ਸੀਗਾ ਕਲੀਅਰ ਕਰਕੇ ਕੈਨੇਡੀਅਨ ਗਵਰਨਮੈਂਟ ਨੂੰ ਕਿ ਜਿਸ ਵਿਅਕਤੀ ਨੂੰ ਤੁਸੀਂ ਅਰੈਸਟ ਕੀਤਾ ਹੋਇਆ ਜਿਹੜੇ ਉਹਦੇ ਤੁਸੀਂ ਅਲਿਗੇਸ਼ਨ ਲਾ ਰਹੇ ਹੋ ਬਿਲਕੁਲ ਟ्रू ਸੱਚ ਨਹੀਂ ਨੇ ਸੱਚ ਨਹੀਂ ਹਨ ਤੇ ਫਿਰ ਇੱਥੋਂ ਵੀ ਬਹੁਤ ਪੋਲਿਟੀਕਲ ਜਰਨਲਿਸਟ ਦਾ ਬਹੁਤ ਪ੍ਰੈਸ਼ਰ ਪਿਆ ਤੇ ਦੈਨ ਇਵੈਂਚੁਅਲੀ ਜਿਹੜੀ ਗਵਰਨਮੈਂਟ ਸੀ ਉਹਨੂੰ ਇਹ ਮੰਨਣਾ ਪਿਆ ਕਿ ਨਹੀਂ ਅਸੀਂ ਇਸ ਵਿਅਕਤੀ ਨੂੰ ਗਲਤ ਤੌਰ ਤੇ ਰੱਖਿਆ ਤੇ ਉਹਨਾਂ ਨੇ ਫਿਰ ਇਵੈਂਚੁਅਲੀ ਹੀ ਹੈ ਟੂ ਲੈਟ ਮੀ ਗੋ ਜੇਲ ਦੇ ਵਿੱਚ ਜਿਹੜਾ ਤਰ ਤਜਰਬਾ ਸੀ ਉਹਦੇ ਬਾਰੇ ਲਿਖਿਆ ਵੀ ਹੈ ਤੁਸੀਂ ਕਿਉਂਕਿ ਇਹ ਬਹੁਤ ਸੀਰੀਅਸ ਗੱਲ ਹੈ ਵੀ ਕਿਸੇ ਨੂੰ ਕਿੰਨਾ ਕਿਸੇ ਕ੍ਰਾਈਮ ਦੇ ਕਿੰਨਾ ਬਿਨਾਂ ਕਿਸੇ ਵਜੇ ਦੇ 2 ਕੀ ਮਹੀਨੇ ਤੁਸੀਂ ਜੇਲ੍ਹ ਚ ਰੱਖਦੇ ਹੋ ਮੈਂ ਲਿਖਿਆ ਤੇ ਨਹੀਂ ਹੈ ਪਰ ਮੈਂ ਇਹਨੂੰ ਸ਼ੇਅਰ ਜ਼ਰੂਰ ਕੀਤਾ ਬਕਰੇ ਬਕਰੇ Uh, venues they uh, through uh, particularly lately خاص ਕਰਕੇ ਪਹਿਲੇ ਕੁਝ ਮਹੀਨਿਆਂ ਵਿੱਚ ਮੈਂ ਐਕਸਟੈਂਸਿਵਲੀ ਸ਼ੇਅਰ ਕੀਤਾ ਕਿਉਂਕਿ ਕੈਨੇਡਾ ਦੇ ਸੰਦਰਭ ਦੇ ਵਿੱਚ ਜਦੋਂ ਅਸੀਂ ਅ ਅ ਇੰਟਰਨੈਸ਼ਨਲ ਟੈਰੋਰਿਜ਼ਮ ਦੀ ਗੱਲ ਕਰਦੇ ਆ ਆਈਐਸ ਦੀ ਗੱਲ ਕਰਦੇ ਆ ਉੱਥੇ ਵੀ ਅ ਕੈਨੇਡਾ ਦੇ ਵਿੱਚ ਮੁਸਲਮ ਕਮੇਟੀ ਨੂੰ ਕਾਫੀ ਟਾਰਗੇਟ ਬਣਾਇਆ ਜਾ ਰਿਹਾ ਸੀਗਾ ਉਹਨਾਂ ਨੂੰ ਲਿੰਕ ਕੀਤਾ ਜਾ ਰਿਹਾ ਸੀਗਾ ਕਿ ਸਾਰੇ ਜਿਹੜੇ ਮੁਸਲਮ ਮੁਸਲਮ ਲੋਕੀ ਨੇ ਅੱਤਵਾਦ ਨਾਲ ਸੰਬੰਧਿਤ ਰੱਖਦੇ ਨੇ ਉਸ ਵੇਲੇ ਫਿਰ ਮੈਂ ਓਪਨਲੀ ਆਪਣੇ ਜਿਹੜੇ ਐਕਸਪੀਰੀਅੰਸ ਇਹ ਸ਼ੇਅਰ ਕੀਤਾ ਕਿ ਨਹੀਂ ਤੁਸੀਂ ਕਦੇ ਵੀ ਇਹ ਨਾ ਸਮਝੋ ਕਿ ਇੱਕ ਧਰਮ ਦੇ ਲੋਕੀ ਕਿਸੇ ਇੱਕ ਡਾਇਲੋਜੀ ਨੂੰ ਹੀ ਅਪਣਾਉਂਦੇ ਸਾਰੇ ਜਿਹੜੇ ਆ ਉਹ ਇਸ ਪਾਸੇ ਆ ਜਾਂ ਉਸ ਪਾਸੇ ਆ ਕੁਝ ਵਿਅਕਤੀ ਹੋ ਸਕਦੇ ਨੇ ਪਰ ਸਾਰੇ ਧਰਮ ਨੂੰ ਸਾਰੇ ਕਲਚਰ ਨੂੰ ਉਹਦੇ ਨਾਲ ਲਿੰਕ ਨਹੀਂ ਕਰਨਾ ਚਾਹੀਦਾ then i stood with solidarity with the ਉਥੋਂ ਦੀ ਕਮਿਊਨਿਟੀ ਦੇ ਵਿੱਚ ਆਪਣੇ ਜਿਹੜੇ then i shared my experience ਜੋ ਤੁਹਾਡੇ ਨਾਲ ਬਿਹਾਰ ਚ ਹੋਇਆ ਆਲਮੋਸਟ 2 ਕੀ ਮਹੀਨਿਆਂ ਵਾਸਤੇ ਜਦੋਂ ਹੁਣ ਉਸ ਨੂੰ ਯਾਦ ਕਰਦੇ ਜੇ ਗੁੱਸਾ ਆਉਂਦਾ ਅਫਸੋਸ ਹੁੰਦਾ ਕੀ ਫੀਲਿੰਗਾਂ ਨਹੀਂ ਜੀ ਮੈਨੂੰ ਗੁੱਸਾ ਨਹੀਂ ਆਉਂਦਾ ਇਸ ਗੱਲ ਦਾ ਇਹ ਗੱਲ ਹਰ ਇੱਕ ਦੀ ਆਪਣੀ ਕਹਾਣੀ ਹੁੰਦੀ ਹੈ ਜੀ ਹਰ ਦੇ ਆਪਣੇ ਦੇ ਆਪਣੇ ਐਕਸਪੀਰੀਅੰਸ ਹੁੰਦੇ ਆ ਤੁਸੀਂ ਉਹਨਾਂ ਐਕਸਪੀਰੀਅੰਸ ਨੂੰ ਕਿਵੇਂ ਅੱਗੇ ਆਪਣੀ ਲਾਈਫ ਦੇ ਵਿੱਚ ਢਾਲ ਲੈਣਾ ਰਾਈਟ ਮੇਰਾ ਇਹ ਰਿਹਾ ਕਿ ਮੈਂ ਉਹਨਾਂ ਨੂੰ ਪੋਜ਼ਿਟਿਵ ਦੇ ਵਿੱਚ ਪੋਜ਼ਿਟਿਵ ਢੰਗ ਦੇ ਨਾਲ ਆਪਣੀ ਲਾਈਫ ਦੇ ਵਿੱਚ ਢਾਲਾਂ ਤੇ ਇਸ ਤਰ੍ਹਾਂ ਦਾ ਕੰਮ ਕਰਾਂ ਕਿ ਜੋ ਮੇਰਾ ਤਜਰਬਾ ਖਿਆ ਹੋ ਰਾਂ ਦਾ ਤਜਰਵਾ ਨਾ ਹੋਵੇ ரைਟ ਇਸ ਕਰਕੇ ਕਿ ਮੈਨੂੰ ਕੋਈ ਬਿਟਰਨੈਸ ਨਹੀਂ ਹੈ ਮੈਨੂੰ ਕੋਈ ਗੁੱਸਾ ਨਹੀਂ ਹੈ ਮੈਨੂੰ ਕੋਈ ਇਸ ਤਰ੍ਹਾਂ ਦੀ ਹਿੰਦੁਸਤਾਨ ਪ੍ਰਤੀ ਰੰਜਿਸ਼ ਨਹੀਂ ਹੈ ਬਿਲਕੁਲ ਨਹੀਂ ਹੈ ਅਸੀਂ ਇਸ ਦੇਸ਼ ਦੇ ਵਿੱਚੋਂ ਗਏ ਆ ਮੈਸੀ ਇਸ ਦੇਸ਼ ਨੂੰ ਉਸੇ ਤਰ੍ਹਾਂ ਪਿਆਰ ਕਰਦੇ ਆ ਜਿਸ ਤਰ੍ਹਾਂ ਪਹਿਲਾਂ ਪਹਿਲਾਂ ਕਰਦੇ ਸੀ ਠੀਕ ਹੈ ਸਾਡਾ ਆਪਣਾ ਨਵਾਂ ਦੇਸ਼ ਹੈ ਕੈਨੇਡਾ ਜਿੱਤੇ ਅਸੀਂ ਰਹਿ ਰਹੇ ਹਾਂ ਤੇ ਉਹ ਸਾਡਾ ਹੁਣ ਪੂਰੀ ਤਰ੍ਹਾਂ ਕੰਪਲੀਟ ਦੇਸ਼ ਬਣ ਚੁੱਕਿਆ ਮੇਰੇ ਵਾਸਤੇ ਤਾਂ that is my home country now you represent the country now ਹਾਂਜੀ ਰਾਈਟ ਪਰ ਇਸਤਾਨ ਦੀ ਕੋਈ ਬਿਟਰਨੈਸ ਨਹੀਂ ਹੈ ਹੈ ਇਹ ਕਿ ਹਿਊਮਰ ਐਸਪੈਕਟ ਦੀ ਕਮਿਟਮੈਂਟ ਜ਼ਰੂਰ ਹੈ ਕਿ ਹਿਊਮਰ ਐਸਟ ਦੀ ਜੜੀਆਂ ਸਾਨੂੰ ਰਿਸਪੈਕਟ ਕਰਨੀ ਚਾਹੀਦੀ ਐ ਐਸੀ ਬਹੁਤ ਕ੍ਰੈਡੀਟੇਬਲ ਚੀਜ਼ ਹੈ ਅਪਿਤਰ ਨਾਲ ਜੋ ਹੋਇਆ ਤੁਸੀਂ ਫਿਰ ਵੀ ਉਸ ਕਰਕੇ ਤੁਹਾਨੂੰ ਗੁੱਸਾ ਨਹੀਂ ਆਉਂਦਾ ਪਰ ਹਿਊਮਨ ਰਾਈਟਸ ਵਾਸਤੇ ਹੁਣ ਵੀ ਕੋਈ ਕਿਸੇ ਸੰਸਥਾਵਾਂ ਨਾਲ ਤੁਸੀਂ ਉੱਥੇ ਜੁੜੇ ਜੇ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਆਉਣ ਦਾ ਜਿਹੜਾ ਮੇਰਾ ਵੱਡਾ ਕਾਰਨ ਸੀ ਉਹ ਇਹ ਸੀਗਾ ਕਿ ਇਕਨੋਮਿਕ ਸਿਚੁਏਸ਼ਨ ਤਾਂ ਹੈਗੀ ਸੀਗੀ ਪਰ ਜਿਹੜੀ ਸਟਰੋਂਗ ਕਮਿਟਮੈਂਟ ਟੂ ਹਿਊਮਨ ਰਾਈਟਸ ਐਂਡ ਸੋਸ਼ਲ ਜਸਟਿਸ ਪਲੱਸ ਲੋਕਾਂ ਦੇ ਵਿੱਚ ਸੱਜ ਭਾਵਨਾ ਬਣਾ ਕੇ ਰੱਖਣੀ ਮੇਰੇ ਕਾਉਂਸਲਰ ਦੇ ਤੌਰ ਤੇ ਮੈਂ 8 ਸਾਲ ਐਜ਼ ਅ ਸਿਟੀ ਕਾਉਂਸਲਰ ਹਾਂ ਜੀ ਦੇ ਵਿੱਚ ਜਿਹੜਾ ਮੇਨ ਮੇਰਾ ਇਨੀਸ਼ੀਏਟਿਵ ਸੀਗਾ ਕਿ ਵੱਖਰੇ ਵੱਖਰੇ ਧਰਮ ਦੇ ਲੋਕਾਂ ਨੂੰ ਇੱਕੱਠੇ ਕੀਤਾ ਜਾਵੇ। ਓਕੇ। ਉਹਨਾਂ ਨੂੰ ਯੂਨਾਈਟ ਕੀਤਾ ਜਾਵੇ ਤੇ ਉਹਨਾਂ ਵਿੱਚ ਸਦਭਾਵਨਾ ਬਣਾਈ ਜਾਵੇ। ਉਸ ਕਰਕੇ ਮੈਨੂੰ ਅਵਾਰਡ ਵੀ ਮਿਲਿਆ ਸਿਟੀ ਵਰਮੈਂਟ ਦੇ ਵੱਲੋਂ, ਰਾਈਟ। ਅ ਤੇ ਬਾਕੀ ਮੈਂ ਐਂਟੀ ਰੇਸਿਜ਼ਮ ਕੰਮ ਆ ਕਾਫੀ ਕੀਤਾ ਕੈਨੇਡਾ ਦੇ ਵਿੱਚ, ਰਾਈਟ। ਵੱਖਰੀਆਂ-ਵੱਖਰੀਆਂ ਆਰਗੇਨਾਈਜੇਸ਼ਨਸ ਆਇਜ਼ ਐਜ਼ ਅ ਐਜ਼ ਅ ਸਿਟੀ ਕੌਂਸਲਰ ਟੂ। ਤੇ ਬਾਕੀ ਵੀ ਜਿਹੜੀ ਓਵਰਆਲ ਜਿਹੜੀ ਮੇਰੀ ਇੱਕ ਬੈਕਗ੍ਰਾਉਂਡ ਮੇਰੀ ਯੂਨੀਨਿਸਟ ਦੀ ਬੈਕਗ੍ਰਾਉਂਡ ਵੀ ਆਈ ਵਾਸ ਪਾਰਟ ਆਫ ਦੀ ਲੇਬਰ ਮੂਵਮੈਂਟ ਕੈਨੇਡਾ ਦੇ ਵਿੱਚ ਤੇ ਜਿਹੜੇ ਵਰਕਰਸ ਦੇ ਰਾਈਟਸ ਨੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਸੇ ਇਸ ਕਰਕੇ ਇਹਨਾਂ ਚੀਜ਼ਾਂ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਮੈਂ ਪਹਿਲਾਂ ਤਾਂ ਕੌਂਸਲ ਵਾਸਤੇ ਲੜਿਆ ਤੇ 8 ਸਾਲ ਕੌਂਸਲ ਰਿਹਾ ਉਸ ਤੋਂ ਬਾਅਦ ਮੈਂਬਰ ਆਫ ਪਾਰਲੀਮੈਂਟ ਵਾਸਤੇ ਜਦੋਂ ਮੈਂ ਲਾਸਟ ਇਅਰ ਇਲੈਕਸ਼ਨ ਦੇ ਵਿੱਚ ਹਿੱਸਾ ਲਿਆ ਤਾਂ ਇਹਨਾਂ ਕਾਰਨਾਂ ਕਰਕੇ ਲਿਆ ਕਿ ਕਿ ਇਦਾਂ ਦਾ ਸਮਾਜ ਸਿਰਜਣ ਦੀ ਸਾਨੂੰ ਕੰਟਰੀਬਿਊਸ਼ਨ ਆਪਣੇ ਵੱਲੋਂ ਕਰਨੀ ਚਾਹੀਦੀ ਹੈ ਕਿ ਜਿਹਦੇ ਵਿੱਚ ਬੱਦਤੋ ਬੱਦ ਰਿਸਪੈਕਟ ਹੋਵੇ ਲੋਕਾਂ ਦੀ ਵੈਲਿਊਜ਼ ਦੀ ਤੁਸੀਂ ਕੈਨੇਡਾ ਬਾਰੇ ਜਾਣਦੇ ਹੋ ਕੈਨੇਡਾ ਦੁਨੀਆ ਦਾ ਇੱਕ ਬੜਾ ਬਲੱਖਣ ਦੇਸ਼ ਹੈ ਜੀ ਜੀ ਬਿਲਕੁਲ ਬਿਲਕੁਲ ਉਹ ਬਲੱਖਣ ਦੇਸ਼ ਇਸ ਕਰਕੇ ਹੈ ਕਿ ਉੱਥੇ ਬਹੁਤ ਸਭਿਕ ਨੋ ਨਾਰਕ ਕਮਿਟਮੈਂਟ ਹੈਗੀ ਹੈ ਮਲਟੀਕਲਚਰਲਿਜ਼ਮ ਦੇ ਨਾਲ ਜਿਹੜੀ ਕਮਿਟਮੈਂਟ ਹੈਗੀ ਹੈ ਕਿ ਰਿਗਾਰਡਲੈਸ ਤੁਸੀਂ ਕਿਸੇ ਧਰਮ ਦੇ ਹੋ ਮੋ ਕਿਸੇ ਕਲਚਰ ਦੇ ਹੋ ਮੋ ਕੋਈ ਲੈਂਗੁਏਜ ਤੁਸੀਂ ਬੋਲਦੇ ਹੋ ਮੋ ਤੁਹਾਨੂੰ ਆਪਣਾ ਕਲਚਰ ਤੇ ਲੈਂਗੁਏਜ ਪ੍ਰੀਜ਼ਰਵ ਕਰਨ ਦਾ ਹੱਕ ਹੈ ਤਾਨੂੰ ਸਪੋਰਟ ਕਰਦੀ ਹੈ ਗਵਰਨਮੈਂਟ ਰਾਈਟ ਇਸੇ ਤਰ੍ਹਾਂ ਜਿਹੜੀ ਇੰਟਰਕਲਚਰਲ ਇੰਟਰ ਰਿਲੀਜੀਅਸ ਡਾਇਲਾਗ ਹੈਗਾ ਉਹਨੂੰ ਵੀ ਪ੍ਰਮੋਟ ਕਰਦੀ ਹੈ ਤੇ ਨਾਲ ਹੀ ਨਾਲ ਜਿਹੜਾ ਸਾਡੀ ਕਮਿਟਮੈਂਟ ਹੈਗੀ ਹੈ ਕੈਨੇਡਾ ਦੀ ਟੂ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਰਾਈਟ ਕਿ ਹਰ ਵਿਅਕਤੀ ਨੂੰ ਆਪਣੀ ਜ਼ਿੰਦਗੀ ਆਪਣੇ ਅਨਸਾਰ ਜਿਉਣ ਦਾ ਹੱਕ ਹੋਣਾ ਚਾਹੀਦਾ ਉਹ ਚੀਜ਼ ਜਿਹੜੀਆਂ ਵੈਲਿਊਜ਼ ਨੇ ਦੇ ਆਰ ਵੈਰੀ ਨੀਅਰ ਐਂਡ ਡੀਅਰ ਟੂ ਮੀ ਰਾਈਟ ਤੇ ਕੁਝ ਦਸਾਂ ਸਾਲਾਂ ਦੇ ਵਿੱਚ ਜਿਹੜੀ ਪੁਰਾਣੀ ਸਾਡੀ ਸਰਕਾਰ ਸੀ ਉਹਨਾਂ ਨੂੰ ਖੋਰਾ ਲਾ ਰਹੀ ਸੀਗੀ ਤੇਸ ਕਰਕੇ ਮੈਂ ਫੈਸਲਾ ਕੀਤਾ ਸੀ ਇਲੈਕਸ਼ਨ ਵਾਸਤੇ ਲੜਨ ਵਾਸਤੇ ਸਾਡੇ ਵਰਗੇ ਲੋਕੀ ਜਿਹੜੇ ਇੱਥੇ ਹਿਊਮਨ ਰਾਈਟਸ ਦੇ ਵਿੱਚ ਇੰਟਰਸਟ ਰੱਖਦੇ ਆ ਦਿਲਚਸਪੀ ਰੱਖਦੇ ਆ ਉਹਨਾਂ ਵਾਸਤੇ ਬੜੀ ਸੈਟੀਸਫੈਕਸ਼ਨ ਦੀ ਗੱਲ ਹੈ ਕਿ ਵੀ ਵੀ ਹੈਵ ਅ ਕੈਨੇਡੀਅਨ ਮਿਨਿਸਟਰ ਆਲਸੋ ਹੈਵਿੰਗ ਦ ਸੇਮ ਵੈਲਿਊਜ਼ ਥੈਂਕ ਯੂ ਜੀ ਇੱਥੇ ਅਸੀਂ ਰੁਕ ਰਹੇ ਹਾਂ ਇੱਕ ਬ੍ਰੇਕ ਲਈ ਬ੍ਰੇਕ ਤੋਂ ਬਾਅਦ ਅਸੀਂ ਕੈਨੇਡਾ ਦੇ ਮੰਤਰੀ ਅਮਰਜੀਤ ਸੋਹੀ ਨਾਲ ਗੱਲਬਾਤ ਜਾਰੀ ਰੱਖਾਂਗੇ ਵੈਲਕਮ ਬੈਕ ਅਸੀਂ ਗੱਲ ਕਰ ਰਹੇ ਹਾਂ ਅਮਰਜੀਤ ਸੋਹੀ ਹਨਾਂ ਜੀ ਤੁਸੀਂ ਦੱਸਿਆ ਕਿ ਤੁਹਾਡੀ ਜਿਹੜੀ ਹਿਊਮਨ ਰਾਈਟਸ ਹਿਊਮਨ ਵੈਲਿਊਜ਼ ਪ੍ਰਤੀ ਜਿਹੜੀ ਵਚਨਬੱਧਤਾ ਹੈ ਉਹਦੇ ਕਰਕੇ ਤੁਸੀਂ ਸਿਆਸਤ ਚਾਏ ਜੀ ਪਰ ਲਿਬਰਲ ਪਾਰਟੀ ਕੋ ਚੂਜ਼ ਕੀਤੀ ਹੋਰ ਵੀ ਆਪਸ਼ਨ ਸੀ ਤੁਹਾਡੇ ਕੋਲ ਲਿਬਰਲ ਪਾਰਟੀ ਇਸ ਕਰਕੇ ਚੂਜ਼ ਕੀਤੀ ਜਿਹੜੀ ਮੇਰੀਆਂ ਪਰਸਨਲ ਵੈਲਿਊਜ਼ ਨੇ ਉਹ ਮੈਚ ਕਰਦੀਆਂ ਲਿਬਰਲ ਪਾਰਟੀ ਦੇ ਨਾਲ ਜਸਟਨ ਟਰੂਡੋ ਜੋ ਸਾਡੇ ਨਵੇਂ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੀ ਸਟਰੌਂਗ ਕਮਿਟਮੈਂਟ ਹੈਗੀ ਹੈ ਮਲਟੀਕਲਚਰਲਿਜ਼ਮ ਦੇ ਨਾਲ ਪੋਲੈਰਿਟੀ ਦੇ ਨਾਲ ਤੇ ਬਾਕੀ ਇਮੀਗ੍ਰੈਂਟਸ ਕਮਿਊਨਿਟੀ ਨੂੰ ਸਪੋਰਟ ਕਰਨਾ ਅ ਜਿਹੜੀਆਂ ਇਕਨੋਮਿਕ ਪਾਲਿਸੀਜ਼ ਵੀ ਹੈਗੀਆਂ ਵੀੜੀਆਂ ਪ੍ਰੋਗਰੈਸਿਵ ਇਕਨੋਮਿਕ ਪਾਲਿਸੀਜ਼ ਨੇ ਪਾਵੇਂ ਉਹ ਮਿਡਲ ਕਲਾਸ ਵਾਸਤੇ ਟੈਕਸ ਬ੍ਰੇਕ ਹੋਵੇ ਜਾਂ ਉਹਨਾਂ ਪਰਿਵਾਰਾਂ ਵਾਸਤੇ ਹੋਰ ਸਪੋਰਟ ਜਿਨ੍ਹਾਂ ਦੇ ਬੱਚੇ ਗਰੀਬੀ ਦੇ ਵਿੱਚ ਰਹਿ ਰਹੇ ਨੇ ਪਾਵਰਟੀ ਨੂੰ ਖਤਮ ਕਰਨ ਦਾ ਜਿਹੜਾ ਜਿਹੜੀ ਕਮਿਟਮੈਂਟ ਹੈਗੀ ਹੈ ਉਹ ਸੋ ਇਹ ਜਿਹੜੀਆਂ ਚੀਜ਼ਾਂ ਕਰਕੇ ਤੇ ਪਲੱਸ ਜਿਹੜਾ ਮੇਰਾ ਆਪਣਾ ਐਕਸਪੀਰੀਅੰਸ ਸੀਗਾ ਸਿਟੀ ਕਾਉਂਸਲ ਦਾ ਬੜਾ ਅਲਾਈਨ ਕਰਦਾ ਸੀਗਾ ਜਸਟ ਇਨਟੂਡੋ ਉਹਨਾਂ ਦੀਆਂ ਵੈਲਿਊਜ਼ ਦੇ ਨਾਲ ਸੋ ਦੈਟਸ ਵਾਈ I ਡਿਸਾਈਡ ਜਿਹੜੀ ਤੁਹਾਡੀ ਆਪਣੀ ਕੰਸਟਿਟੂਐਂਸੀ ਹੈ ਐਡਵੌਨਟਨ ਮਿਲਵੂਡਸ ਹਾਂਜੀ ਉਹਦੀ ਜਿਹੜੀ ਮੇਕਅਪ ਹੈ ਉਹ ਕਿਹੋ ਜਿਹੀ ਹੈ ਉਥੇ ਕਿ ਕਿੰਨੇ ਕੁ ਆਪਣੇ ਪੰਜਾਬੀ ਆ ਕਿੰਨੇ ਭਾਰਤੀ ਆ ਕਿੰਨੇ ਗੈਰ ਭਾਰਤੀ ਗੈਰ ਪੰਜਾਬੀ ਆ ਉਥੇ ਉਹ ਜਿਹੜੀ ਸਾਡੀ ਰਾਈਡਿੰਗ ਹੈ ਜੀ ਉਹਦੇ ਇਟਸ ਵੈਰੀ ਮਲਟੀਕਲਚਰਲ ਰਾਈਡਿੰਗ ਉਹਦੇ ਵਿੱਚ ਤੁਹਾਨੂੰ ਬੇਸਿਕਲੀ ਹਰ ਮੁਲਕ ਤੋਂ ਓਕੇ ਵਿਅਕਤੀ ਉੱਥੇ ਮਿਲਣਗੇ ਰਾਈਟ ਸਾਊਥ ਏਸ਼ੀਅਨ ਕਮਿਊਨਿਟੀ ਵੀ ਕਾਫੀ ਹੈ ਉਸ ਏਰੀਆ ਦੇ ਵਿੱਚ ਜਿੱਦਾਂ ਵਿੱਚ ਪੰਜਾਬੀ ਕਮਿਊਨਿਟੀ ਡੋਮਿਨੇਟ ਹੈਗੀ ਹੈ ਤਕਰੀਬਨ ਆਈ ਊਡ ਸੇ ਕਿ ਜਿਹੜੀਆਂ ਵਿਜ਼ੀਬਲ ਮਾਈਨੋਰਟੀਜ਼ ਹੈਗੀਆਂ ਉਹਨਾਂ ਦੀ ਪੋਪੂਲੇਸ਼ਨ ਬਹੁਤ 30% ਪੋਪੂਲੇਸ਼ਨ ਹੈਗੀ ਹੈ ਉਸ ਉਸ ਰਾਈਡਿੰਗ ਦੇ ਵਿੱਚ ਬਾਕੀ ਹੋਰ ਯੂਰੋਪੀਅਨ ਕੰਟਰੀ ਦੇ ਬੈਕਗ੍ਰਾਉਂਡ ਦੇ ਲੋਕੀ ਹੈਗੇ ਫਿਲੀਪੀਨਸ ਤੋਂ ਆ ਹਿੰਦੁਸਤਾਨ ਦੇ ਵਿੱਚ ਗੁਜਰਾਤ ਦੀ ਕਾਫੀ ਪਾਪੂਲੇਸ਼ਨ ਹੈਗੀ ਹੈ ਪਾਕਿਸਤਾਨ ਪੰਜਾਬੀ ਲੋਕੀ ਬਹੁਤ ਨੇ ਉੱਥੇ ਰਾਈਟ ਸੋ ਇਟਸ ਅ ਵੈਰੀ ਵੈਰੀ ਡਾਈਵਰਸ ਡਾਈਵਰਸ ਕਮਿਊਨਿਟੀ ਵੈਰੀ ਡਾਇਨਾਮਿਕ ਕਮਿਊਨਿਟੀ ਇਨ ਅ ਵੇ ਕਿ ਬੜੀ ਉਹ ਡਿਜ਼ਾਈਨ ਕੀਤਾ ਗਿਆ ਸੀ ਉਸ ਏਰੀਆ ਨੂੰ ਜਦੋਂ 70ਵਿਆਂ ਦੇ ਵਿੱਚ ਉਹ ਏਰੀਆ ਬਿਲਡ ਕੀਤਾ ਗਿਆ ਸੀ ਤੇ ਉਹਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਸੀ ਕਿ ਉੱਤੇ ਅ ਤੇਰੀ ਹਾਊਸਿੰਗ ਚੁਆਇਸਸ ਨੇ ਉਹ ਵੀ ਬਕਰੇ ਬਕਰੇ ਡੈਮੋਗ੍ਰਾਫ ਡੈਮੋਗ੍ਰਾਫਿਕਸ ਨੂੰ ਮੀਟ ਕਰਦੀਆਂ ਉਹਦੇ ਵਿੱਚ ਜਿਹੜੇ ਲੋ ਲੋਅ ਇਨਕਮ ਲੋਕੀ ਵੀ ਉੱਥੇ ਰਹਿੰਦੇ ਆ ਤੇ ਅਮੀਰ ਲੋਕੀ ਵੀ ਉਸ ਏਰੀਆ ਦੇ ਵਿੱਚ ਰਹਿੰਦੇ ਥਿਸ ਇਜ਼ ਵੈਰੀ ਮਿਕਸਡ ਇਨਕਮ ਮਲਟੀਕਲਚਰਲ ਕਮਿਊਨਿਟੀ ਤੁਹਾਡੇ ਜਿਹੜੇ ਵਿਰੋਧੀ ਆ ਟਿਮ ਉਪਲ ਜੀ ਕਾਫੀ ਵੱਡੇ ਪੋਲੀਟਿਸ਼ੀਅਨ ਆ ਮਿਨਿਸਟਰੀ ਰਹੇ ਆ ਅ ਉਹਨਾਂ ਨੂੰ ਤੁਸੀਂ ਕਿਵੇਂ ਹਰਾ ਸਕੇ ਕੀ ਮੋਕ ਕਰਨ ਸੀ ਤੁਸੀਂ ਜਿੱਤੇ ਤੇ ਉਹ ਹਾਇ ਦੇਖੋ ਜੀ ਪੋਲਿਟਿਕਸ ਦੇ ਵਿੱਚ ਮੇਰਾ ਇਸ ਗੱਲ ਤੇ ਯਕੀਨ ਹੈ ਕਿ ਤੁਹਾਨੂੰ ਸੰਧਾ ਸੰਧਾ ਦਾ ਦੇ ਵੈਲਿਊਜ਼ ਦੇ ਅਨੁਸਾਰ ਪੋਲਿਟਿਕਸ ਕਰਨੀ ਚਾਹੀਦੀ ਇੰਡੀਵਿਜੂਅਲਸ ਦੇ ਅਨੁਸਾਰ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਸੋ ਜਿਹੜੀ ਇਲੈਕਸ਼ਨ ਅਸੀਂ ਲੜੀ ਉਹ ਆਪਣੀ ਵੈਲਿਊਜ਼ ਦੇ ਅਨਸਾਰ ਲੜੀ ਆਪਣੀਆਂ ਨੇ ਪੋਲਿਸੀਸ ਸੀਗੇ ਯਾਨੀ ਪਲੇਟਫਾਰਮ ਸੀਗਾ ਅਸੀਂ ਉਹਨਾਂ ਨੂੰ ਲੋਕਾਂ ਤੱਕ ਲੈ ਕੇ ਗਏ ਰਾਈਟ ਬੜੇ ਵਿਗਰਸ ਢੰਗ ਦੇ ਨਾਲ ਲੈ ਕੇ ਗਏ ਅਸੀਂ ਬੜੇ ਵੈਨਿਊਜ਼ ਯੂਜ਼ ਕੀਤੇ ਸੋਸ਼ਲ ਮੀਡੀਆ ਯੂਜ਼ ਕੀਤਾ ਡੋਰ ਟੂ ਡੋਰ ਆ ਲੋਕਾਂ ਦੇ ਘਰ ਜਾਣਾ ਬਾਕੀ ਜਿਹੜੇ ਸਾਡਾ ਆਪਣਾ ਪਰਿਵਾਰ ਹੈ ਉਹ ਬੜੇ ਉਹਦੀ ਬੜੀਆਂ ਡੀਪ ਰੂਟਸ ਹੈਗੀਆਂ ਅ ਐਡਵੈਂਟ ਦੇ ਵਿੱਚ ਤਰ੍ਹਾਂ ਸਿਰਫ ਦੋਸਤ ਮਿੱਤਰ ਜਿਹੜੇ ਸਾਡੀ ਜਾਣ ਪਛਾਣ ਵਾਲੇ ਵੀ ਆਰ ਵੈਰੀ ਸਟਰੋਂਗ ਗਰੁੱਪ ਆਫ ਪੀਪਲ ਜਿਹੜੇ ਅਸੀਂ ਇਕੱਠੇ ਅ ਕੰਮ ਕਰਦੇ ਪਹਿਲੇ 80s ਤੋਂ ਸ਼ੁਰੂ ਸਾਡੀ ਹੋਈ ਹੋਈ ਆ ਜਿਹੜੀ ਸ਼ੁਰੂਆਤ ਜਿਹ ਪੰਜੇ ਦੇ ਜਿੰਨ ਸਾਰਿਆਂ ਦੀ ਕਮਿਟਮੈਂਟ ਥੀ ਹਿਊਮਰਿਸਟ ਤੇ ਸੋਸ਼ਲ ਜਸਟਿਸ ਦੇ ਨਾਲ ਹੈਗੀ ਆ ਯਾਰ ਜਾਂ ਓਵਰਆਲ ਕਮਿਊਨਿਟੀ ਨੂੰ ਵਧੀਆ ਬਣਾਉਣ ਦੀ ਜਿਹੜੀ ਕਮਿਟਮੈਂਟ ਹੈਗੀ ਆ ਉਹ ਸਾਰਿਆਂ ਦੀ ਹੈਗੀ ਉਹ ਸਾਰਾ ਜਿਹੜਾ ਸਾਡਾ ਗਰੁੱਪ ਹੈ ਵੀ ਵਰਕ ਟੂਗੇਦਰ ਆਲ ਦਾ ਟਾਈਮ ਤੇ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਜੀ ਮੇਰਾ ਤਾਂ ਇੱਕ ਐਜ਼ ਅ ਕੈਂਡੀਡੇਟ ਰੋਲ ਸੀਗਾ ਪਰ ਐਫ ਆਈ ਐਫ ਆਈ 1 ਵੀ ਕਿ ਉਹਨਾਂ ਦੀ ਉਹਨਾਂ ਦੀ ਕੋਸ਼ਿਸ਼ ਕਰਕੇ ਮੈਂ ਜਿੱਤਿਆ ਪਰ ਵੀ ਆਲਵੇਜ਼ ਫੋਕਸਡ ਔਨ ਵੈਲਿਊਜ਼ ਵੀ ਆਲਵੇਜ਼ ਫੋਕਸਡ ਔਨ ਕਿ ਅਸੀਂ ਕਰਨਾ ਕੀ ਚਾਹੁੰਦੇ ਲੋਕਾਂ ਵਾਸਤੇ ਲੋਕਾਂ ਦੇ ਮਸਲੇ ਕੀ ਨੇ ਕਿਹੜੇ ਮਸਲੇ ਲੋਕਾਂ ਨੂੰ ਤੰਗ ਕਰ ਰਹੇ ਨੇ ਕਿਹੜੀਆਂ ਸਹੂਲਤਾਂ ਲੋਕਾਂ ਨੂੰ ਚਾਹੀਦੀਆਂ ਨੇ ਜਿਨ੍ਹਾਂ ਨੂੰ ਸਾਨੂੰ ਜਿਹੜੀਆਂ ਸਾਨੂੰ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਸੀ ਉਹਨਾਂ ਤੇ ਫੋਕਸ ਕੀਤਾ ਵੀ ਨੈਵਰ ਫੋਕਸਡ ਔਨ on individuals ਜਿਹੜਾ ਤੁਹਾਨੂੰ ਮਹਿਕਮਾ ਮਿਲਿਆ ਵਾ ਇਨਫਰਾਸਟ੍ਰਕਚਰ ਐਂਡ ਕਮਿਊਨਿਟੀਆਂ ਹਾਂਜੀ ਇਹਦੀ ਕੀ ਰੋਲ ਆ ਕੀ ਭੂਮਿਕਾ ਵਾ ਕਿੰਨੇ ਦਾ ਬਜਟ ਆ ਕੀ ਕੁਝ ਕਰਦੇ ਇਹਦੇ ਵਾਸਤੇ ਜਿਹੜਾ ਮੇਰਾ ਡਿਪਾਰਟਮੈਂਟ ਹੈ ਜੀ ਇਨਫਰਾਸਟ੍ਰਕਚਰ ਐਂਡ ਕਮਿਊਨਿਟੀਆਂ ਇਹਦਾ ਸਾਡਾ ਜਿਹੜਾ 10 ਇਅਰਸ ਦਾ ਬਜਟ ਹੈਗਾ ਇਸ 125 ਬਿਲੀਅਨ ਡਾਲਰਸ ਓਵਰ 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 ਨੈਕਸਟ 10 ਇਅਰਸ ਉਹਦੇ ਵਿੱਚ ਸਾਡੀ ਜਿਹੜੀ ਕਮਿਟਮੈਂਟ ਜਿਹੜਾ ਮੇਰਾ ਰੋਲ ਆ ਉਹ ਹੈਗਾ ਕਿ ਮਿਨਿਸਪਲ ਇਨਫਰਾਸਟ੍ਰਕਚਰ ਨੂੰ ਸਪੋਰਟ ਕਰਨਾ ਅੱਛਾ ਜੀ ਦੇ ਵਿੱਚ ਇੰਟਰਚੇਂਜਸ ਰੋਡ ਸਿਸਟਮ ਕਲਚਰਲ ਫੈਸਿਲਿਟੀਆਂ ਸਟੇਡੀਅਮ ਫੈਸਿਲਿਟੀਆਂ ਮੈਟਰੋ ਵੱਡੇ ਸ਼ਹਿਰਾਂ ਦੇ ਵਿੱਚ ਬਣਾਉਣੀ ਜੋ ਵੀ ਮਿਨਿਸਪਲ ਇਨਫਰਾਸਟ੍ਰਕਚਰ ਕਮਿਊਨਿਟੀ ਬੇਸਡ ਇਨਫਰਾਸਟ੍ਰਕਚਰ ਆਏਗਾ ਜਿਹਦੇ ਨਾਲ ਤੁਹਾਡੀ ਇਕਨੋਮੀ ਨੂੰ ਵਧੀਆ ਬਣਦੀ ਅਗਰ ਤੁਸੀਂ ਫੋਰ ਐਗਜ਼ਾਮਪਲ ਕਿ ਹੁਣ ਅਗਰ ਤੁਹਾਡੇ ਸ਼ਹਿਰ ਦੇ ਵਿੱਚ ਟ੍ਰੈਫਿਕ ਵਧੀਆ ਟੰਗ ਦੇ ਨਾਲ ਨਹੀਂ ਮੂਵ ਹੋ ਰਹੀ ਤਾਂ ਤੁਹਾਡੀ ਇਕਨੋਮੀ ਨੂੰ ਦਾ ਸਿੱਧਾ ਨੁਕਸਾਨ ਹੋ ਰਿਹਾ ਰਾਈਟ ਇਸ ਕਰਕੇ ਜਿਹੜਾ ਸਾਡੇ ਇਨਫਰਾਸਟ੍ਰਕਚਰ ਦਾ ਪਲਾਨ ਇਸ ਡਾਇਰੈਕਟਲੀ ਟਾਈਡ ਟੂ ਇਕਨੋਮਿਕ ਗਰੋਥ ਰਾਈਟ ਅਸੀਂ ਇਨਫਰਾਸਟ੍ਰਕਚਰ ਦੇ ਵਿੱਚ ਇਨਵੈਸਟ ਕਰਕੇ ਇਕਨੋਮੀ ਨੂੰ ਵਧਾਉਣਾ ਚਾਹੁੰਦੇ ਹਾਂ ਤੇ ਇਕਨੋਮੀ ਨੂੰ ਹੋਰ ਐਫੀਸ਼ੀਐਂਟ ਤੇ ਪ੍ਰੋਡਕਟਿਵ ਵੀ ਬਣਾਉਣਾ ਚਾਹੁੰਦੇ ਹਾਂ ਤੇ ਨਾਲ ਨਾਲ ਲੋਕਾਂ ਨੂੰ ਸਹੂਲਤਾਂ ਵੀ ਦੇਣਾ ਚਾਹੁੰਦੇ ਹਾਂ ਕਿਉਂਕਿ ਇਨਫਰਾਸਟ੍ਰਕਚਰ ਐਦਾਂ ਦੀ ਚੀਜ਼ ਹੈ ਕਿ ਅਗਰ ਪ੍ਰੋਪਰ ਇਨਫਰਾਸਟ੍ਰਕਚਰ ਨਹੀਂ ਹੋਵੇਗਾ ਤਾਂ ਤੁਹਾਡੀ ਕੁਆਲਿਟੀ ਆ ਜਿਹੜੀ ਆ ਉਹ ਉਸ ਤਰ੍ਹਾਂ ਦੀ ਨਹੀਂ ਹੋਵੇਗੀ ਜਿਸ ਤਰ੍ਹਾਂ ਦੀ ਹੋਣੀ ਚਾਹੀਦੀ ਸੋ that is my role that is why we call it ki infrastructure and communities communities ਨੂੰ سپورਟ ਕਰਨਾ ਥਰੂ ਇਨਫਰਾਸਟ੍ਰਕਚਰ ਬਿਲਡਿੰਗ राइट ਸੋ ਸਾਡੇ ਵੀ ਇੱਥੇ ਇਨਫਰਾਸਟ੍ਰਕਚਰ ਦੀਆਂ ਬੜੀਆਂ ਪ੍ਰੋਬਲਮਸ ਹੈ ਸੋ ਆਈ ਵਿਸ਼ ਕਿਤੇ ਥੋੜਾ ਜਿਹਾ ਹਿੱਸਾ ਤੁਸੀਂ ਆਪਣੀ ਬਜਟ ਦਾ ਸਾਡੇ ਇੱਥੇ ਵੀ ਭੇਜ ਦਿੰਦੇ ਹੋ ਸਾਡੇ ਆਪਣੇ ਸ਼ਹਿਰ ਦੇ ਵਿੱਚ ਵੀ ਬਹੁਤ ਘਾਟਾਂ ਨੇ ਜੀ ਇਨਫਰਾਸਟ੍ਰਕਚਰ ਨੂੰ ਪ੍ਰੂਵ ਕਰਨ ਦੀ ਬਹੁਤ ਲੋਡ ਹੈਗੀ ਆ ਇਸ ਕਰਕੇ ਸਾਡੀ ਪਾਰਟੀ ਨੇ ਇਸ ਇਲੈਕਸ਼ਨ ਦੇ ਵਿੱਚ ਇਨਫਰਾਸਟ੍ਰਕਚਰ ਨੂੰ ਇੱਕ ਬਹੁਤ ਵੱਡਾ ਮੁੱਦਾ ਬਣਾਇਆ ਸੀਗਾ ਜਿਹਨੇ ਸਾਨੂੰ ਦੂਜੀਆਂ ਪਾਰਟੀਆਂ ਤੋਂ ਵੱਖਰੇ ਕੀਤਾ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਜਿਹੜੇ ਪਿਛਲੇ ਰੂਲਸ ਸੀ ਜਿਹੜਾ 10 ਸਾਲ ਦਾ ਰੂਲ ਸੀਗਾ ਉਹਦੇ ਚ ਜਿਹੜੀਆਂ ਵੈਲਿਊ ਸੀ ਜਿਹੜੇ ਇਮੀਗ੍ਰੈਂਟਸ ਦੀ ਐਸਪੀਰੇਸ਼ਨ ਸੀ ਉਹਨੂੰ ਬਹੁਤ ਟਾਲ ਲੱਗਾ ਹਾਂਜੀ ਐਕਸਪਲੇਨ ਕਰੋਗੇ ਕਿਵੇਂ ਲੱਗਾ ਕਿਉਂਕਿ ਇੱਕ ਫੈਮਿਲੀ ਇਮੀਗ੍ਰੇਸ਼ਨ ਕਰਕੇ ਕਾਫੀ ਨਾਰਾਜ਼ਗੀ ਸੀਗੀ ਪਿਛਲੀ ਸਰਕਾਰ ਦੇ ਨਾਲ ਦੇਖੋ ਤੁਸੀਂ ਕੀ ਕਰਨ ਜਾ ਰਹੇ ਜੇ ਇਮੀਗ੍ਰੇਸ਼ਨ ਦੇ ਵਿੱਚ ਪਹਿਲੇ 10 ਸਾਲਾਂ ਦੇ ਵਿੱਚ ਬਹੁਤ ਹੀ ਮਾੜੀਆਂ ਚੇਂਜੇਸ ਆਈਆਂ ਨੇ ਓਕੇ ਅ ਇੱਕ ਤੇ ਟਾਈਮ ਬਹੁਤ ਲੱਗਦਾ ਹੈ ਅਗਰ ਤੁਸੀਂ ਕੈਨੇਡੀਅਨ ਹੋ ਤੁਸੀਂ ਬਾਹਰ ਜਾ ਕੇ ਵਿਆਹ ਕਰਵਾਇਆ ਕਿਸੇ ਦੇਸ਼ ਤੇ ਵੀ ਤੁਸੀਂ ਆਪਣੇ ਹਸਬੰਡ ਵਾਈਫ ਨੂੰ ਬੁਲਾਉਣਾ ਚਾਹੁੰਦੇ ਹੋ ਤਾਂ 18 ਮੰਥ ਟੂ 28 ਮੰਥਸ ਦਾ ਟਾਈਮ ਜਿਹੜਾ ਲੱਗਦਾ ਹੈ ਇਸ ਵੇਲੇ ਉਹ 1 ਸਾਲ ਦੇ ਅੰਦਰ ਅੰਦਰ ਪਹਿਲਾਂ ਉਹ ਜਿਹੜੀ ਐਪਲੀਕੇਸ਼ਨ ਹੈ ਪ੍ਰੋਸੈਸ ਹੋ ਜਾਂਦੀ ਸੀ ਸੋ ਸਾਡੀ ਕਮਿਟਮੈਂਟ ਹੈ ਕਿ ਉਹਨੂੰ ਬੈਕ ਟੂ 1 ਇਅਰ ਹੋਣੀ ਚਾਹੀਦੀ ਹੈ ਪ੍ਰੋਸੈਸ। ਸੋ ਕਿਦੋਂ ਤੱਕ ਇਹ ਬੈਕ ਟੂ 1 ਇਅਰ ਹੋ ਜੇ। ਜਦੋਂ ਅਸੀਂ ਹੁਣ ਬਜਟ ਦੀ ਸਾਡੀ ਡਿਸਕਸ਼ਨ ਚੱਲ ਰਹੀ ਹੈ ਸਾਡਾ ਪਹਿਲਾ ਬਜਟ ਆ ਰਿਹਾ। ਸੋ ਦੈਟ ਇਜ਼ आवर ਜਿਹੜੀ ਸਾਡੀ ਇੱਛਾ ਹੈਗੀ ਅਸੀਂ ਕੀ ਕਰਨਾ ਚਾਹੁੰਦੇ ਹਾਂ। ਦੂਸਰਾ ਕਿ ਫੈਮਿਲੀ ਕਲਾਸ ਜਿਹਦੇ ਵਿੱਚ ਮੈਂ ਗਿਆ ਰਾਈਟ ਅੱਗੇ ਜਦੋਂ ਮੈਂ ਗਿਆ ਸੀ ਅਸੀਂ ਇੱਕ ਸਾਲ ਦੇ ਵਿੱਚ ਸਾਡੀ ਜਿਹੜੀ ਐਪਲੀਕੇਸ਼ਨ ਪ੍ਰੋਸੈਸ ਹੋ ਗਈ ਤੇ ਹੁਣ 6 ਤੋਂ 7 ਸਾਲ ਲੱਗ ਜਾਂਦੇ ਆ। ਅਸੀਂ ਕਹਿੰਨੇ ਕਿ ਨਹੀਂ ਪਰਿਵਾਰਾਂ ਨੂੰ ਇੰਨੀ ਦੇਰ ਤੱਕ ਵੱਖਰੇ ਰੱਖਣਾ ਇਹ ਆਉਣਾ ਹੀ ਉਹਨੇ ਤੇ ਜਿੰਨੀ ਜਲਦੀ ਆ ਜਾਣ ਪਰਿਵਾਰਾਂ ਦਾ ਵੀ ਨੁਕਸਾਨ ਹੈ ਪਲੱਸ ਸਾਡੀ ਇਕਨੋਮੀ ਦਾ ਨੁਕਸਾਨ ਹੈ ਇਸ ਕਰਕੇ ਅਸੀਂ ਉਹ ਜਿਹੜੀ ਪ੍ਰੋਸੈਸਿੰਗ ਟਾਈਮ ਹੈ ਉਹ ਵੀ ਘਟਾਉਣਾ ਚਾਹੁੰਦੇ ਹਾਂ ਦੂਸਰਾ ਕਿ ਕੈਨੇਡੀਅਨ ਸਿਟੀਜ਼ਨ ਬਣਨ ਵਾਸਤੇ ਪਹਿਲਾਂ 3 ਸਾਲ ਤੋਂ ਬਾਅਦ ਤੁਸੀਂ ਅਪਲਾਈ ਕਰ ਸਕਦੇ ਸੀਗੇ ਹੁਣ ਹੋਇਆ ਕਿ ਪਹਿਲੇ 10 ਸਾਲਾਂ ਦੇ ਵਿੱਚੋਂ 5 6 ਸਾਲ ਲਾ ਦਿੱਤੇ ਆ ਇਹ ਤੁਹਾਨੂੰ ਅਪਲਾਈ ਕਰਨ ਵਾਸਤੇ ਅਸੀਂ ਉਹਨੂੰ ਵੀ ਘਟਾਉਣਾ ਚਾਹੁੰਦੇ ਆਂ ਕੁਝ ਹੋਰ ਰਿਕੁਆਇਰਮੈਂਟਸ ਨੇ ਇੱਕ ਬਿੱਲ ਇਹਨਾਂ ਨੇ ਪਾਸ ਕੀਤਾ ਸੀਗਾ ਪੁਰਾਣੀ ਸਰਕਾਰ ਨੇ ਕਿ ਦੋ ਤਰ੍ਹਾਂ ਦੇ ਸਿਟੀਜ਼ਨ ਬਣਾ ਦਿੱਤੇ ਸੀਗੇ ਇੱਕੋ ਦੇਸ਼ ਦੇ ਵਿੱਚ ਇੱਕ ਉਹ ਜਿਹੜੇ ਦੂਜੇ ਦੇਸ਼ਾਂ ਦੇ ਵਿੱਚੋਂ ਆ ਕੇ ਕੈਨੇਡੀਅਨ ਬਣੇ ਨੇ ਇੱਕ ਉਹ ਜਿਹੜੇ ਕੈਨੇਡਾ ਦੇ ਵਿੱਚ ਜੰਮੇ ਅਸੀਂ ਬੜੀ ਹੈਰਾਨਗੀ ਸੀ ਉਹ ਤੇ ਇਲੀਗਲ ਜੀ ਚੀਜ਼ ਲੱਗਦੀ ਸੀ ਹਾਂਜੀ ਉਹ ਹੁਣ that was basically ਕੈਨੇਡੀਅਨ ਵੈਲਿਊਜ਼ ਦੇ ਅਗੇਂਸਟ ਜਾਣਾ ਸੀਗਾ ਤੇ ਲੋਕਾਂ ਨੇ ਇਸ ਗੱਲ ਤੇ ਬੜਾ ਗੁੱਸਾ ਦਿਖਾਇਆ ਰਹਿਤ ਜਦ ਬਣਦਾ ਵੀ ਸੀ ਗੁੱਸਾ ਲੋਕਾਂ ਦਾ ਦਿਖਾਣਾ ਤੇ ਸਾਡੀ ਕਮਿਟਮੈਂਟ ਹੈ ਕਿ ਇਹ ਨਹੀਂ ਜਦੋਂ ਕੈਨੇਡੀਅਨ ਤੁਸੀਂ ਕੈਨੇਡੀਅਨ ਹੋ ਭਾਵੇਂ 3 ਸਾਲ ਪਹਿਲਾਂ ਕੈਨੇਡੀਅਨ ਬਣੇ ਹੋ ਭਾਵੇਂ ਉੱਤੇ ਮਲਟੀ ਜਨਰੇਸ਼ਨਸ ਤੋਂ ਰਹਿ ਰਹੇ ਆ ਰਾਈਟ ਸੋ ਦੋਸ ਆ ਜਿਹੜੀ ਚੇਂजेस ਅਸੀਂ ਲਿਆ ਰਹੇ ਆ ਇਮੀਗ੍ਰੇਸ਼ਨ ਦੇ ਸਬੰਧ ਦੇ ਵਿੱਚ ਤੇ ਸਿਟੀਸ਼ਿਪ ਸਬੰਧ ਦੇ ਵਿੱਚ ਦੂਸਰਾ ਕੀ ਮੈਂ ਮਲਟੀਕਲਚਰਿਜ਼ਮ ਦੀ ਗੱਲ ਕਰ ਰਿਹਾ ਸੀਗਾ ਪਹਿਲੀ ਸਰਕਾਰ ਨੇ ਕਾਫੀ ਜਿਹੜਾ ਮਲਟੀਕਲਚਰਲ ਜਿਹੜਾ ਫੋਕਸ ਸੀਗਾ ਉਹਨੂੰ ਘਟਾਇਆ ਸੀਗਾ ਉਹਨਾਂ ਨੇ ਕਹਦੇ ਮਲਟੀਕਲਚਰਲ ਨੂੰ ਸੈਲੀਬ੍ਰੇਟੈਂਸੀ ਕੀਤਾ ਰਾਈਟ ਨਾ ਹੀ ਉਹਨਾਂ ਨੇ ਜਿਹੜੀਆਂ ਹਿਊਮਨ ਰਾਈਟਸ ਤੇ ਸੋਸ਼ਲ ਅਰਬਨ ਹਿਊਮਨ ਰਾਈਟਸ ਤੇ ਜਿਹੜੀਆਂ ਸਾਡੀਆਂ ਹੈਗੇ ਚਾਰਟਰ ਰਾਈਟਸ ਉਹਨਾਂ ਨੂੰ ਸੈਲੀਬ੍ਰੇਟ ਨਹੀਂ ਸਕੀਤਾ ਰਾਈਟ ਐਸੀ ਉਹ ਜਿਹੜਾ 10 ਸਾਲਾਂ ਦਾ ਜਿਹੜਾ ਨੁਕਸਾਨ ਹੋਇਆ ਉਹਨੂੰ ਦੂਰ ਕਰਨਾ ਵੀ ਸਾਡੀ ਕਮਿਟਮੈਂਟ ਹੈਗੀ ਹੈ ਤੁਹਾਡੇ ਨਾਲ ਦਾ ਮੁਲਕ ਜਿਹੜਾ ਅਮਰੀਕਾ ਵਾ ਉੱਥੇ ਨਸਲੀ ਹਿੰਸਾ ਹਾਂਜੀ ਰੈਸ਼ਲ क्राइम ਦੇ ਇਨਸੀਡੈਂਟਸ ਕਾਫੀ ਆਉਂਦੇ ਰਹਿੰਦੇ ਹਨ ਕੈਨੇਡਾ ਚ ਹੋ ਜਿੱਤ ਨਹੀਂ ਪਰ ਕਦੀ ਕਦੀ ਉੱਥੇ ਵੀ ਕੋਈ ਰਿਪੋਰਟਸ ਆ ਜਾਂਦੀਆਂ ਹਨ ਇਹਦੇ ਬਾਰੇ ਕੀ ਕਰ ਰਹੀ ਹੈ ਸਰਕਾਰ ਤਾਂ ਦੇਖੋ ਕੈਨੇਡਾ ਦੇ ਵਿੱਚ ਜਿਹੜਾ ਸਭ ਤੋਂ ਵੱਧ ਕੰਮ ਹੋਣ ਵਾਲਾ ਜੀ ਇਮੀਗ੍ਰੇਸ਼ਨ ਦੀ ਜਦ ਮੈਂ ਗੱਲ ਕੀਤੀ ਆ ਜਿਹੜਾ ਹੋਰ ਇੰਪੋਰਟੈਂਟ ਕੰਮ ਹੈ ਜਿਹੜਾ ਉਦੋਂ ਵੀ ਬਾਅਦ ਇੰਪੋਰਟੈਂਟ ਕੰਮ ਹੈ ਉਹ ਹੈ ਕਿ ਜਿਹੜੇ ਉੱਥੋਂ ਦੇ origignal ਰੈਜ਼ਿਡੈਂਸ ਹੈਗੇ ਆ ਸਿਟੀਜ਼ਨਸ ਹੈ ਜੀ ਅਨਡੀਜਨਸ ਕਮਿਊਨਿਟੀ ਜਿਹੜੀ ਹੈਗੀਆਂ ਉਹਨਾਂ ਨੂੰ ਕਾਫੀ ਨੈਗਲੈਕਟ ਕੀਤਾ ਗਿਆ ਕੈਨੇਡਾ ਦੇ ਵਿੱਚ ਉਹਨਾਂ ਦੀ ਜਿਹੜੀਆਂ ਲੋੜਾਂ ਨੇ ਬੇਸਿਕ ਹਾਊਸਿੰਗ ਦੀ ਲੋੜ ਉਹਨਾਂ ਦੇ ਕਲਚਰ ਨੂੰ ਪ੍ਰੀਜ਼ਰਵ ਕਰਨ ਦੀ ਲੋੜ ਉਹਨਾਂ ਦੀ ਐਜੂਕੇਸ਼ਨ ਦੇ ਵਿੱਚ ਜਿਹੜੀ ਇਨਵੈਸਟਮੈਂਟ ਆ ਉਹਦੇ ਵਿੱਚ ਬਹੁਤ ਘਾਟ ਆ ਰਹੀਆਂ ਨੇ ਕੈਨੇਡਾ ਵੱਲੋਂ ਤੇ ਸਾਡੀ ਪਾਰਟੀ ਇਸ ਗੱਲ ਨੂੰ ਐਡਮਿਟ ਕਰਦੀ ਹੈ ਕਿ ਹਾਂ ਇਹ ਘਾਟ ਆ ਰਹੀਆਂ ਨੇ ਉਹ ਘਾਟਾਂ ਨੂੰ ਪੂਰਾ ਕਰਨਾ ਸਾਡਾ ਫਰਜ਼ ਹੈ ਤੇ ਇਹ ਵੱਡਾ ਜਿਹੜਾ ਚੈਲੰਜ ਹੈ ਸਾਡੇ ਵਾਸਤੇ ਜਿਹੜਾ ਅਸੀਂ ਪੂਰੀ ਤਰ੍ਹਾਂ ਕਮਿਟਿਡ ਆ ਕਿ ਉਹ ਲੋਕ ਜਿਨ੍ਹਾਂ ਨੇ ਦੁਨੀਆ ਦੇ ਦੁਨੀਆ ਭਰ ਤੋਂ ਹੋਰ ਲੋਕਾਂ ਨੂੰ ਕੈਨੇਡਾ ਵਿੱਚ ਆਉਣ ਦਾ ਮੌਕਾ ਦਿੱਤਾ ਉੱਥੇ ਸਾਨੂੰ ਆਪਣੀ ਜ਼ਿੰਦਗੀ ਵਧੀਆ ਬਣਾਉਣ ਦਾ ਮੌਕਾ ਦਿੱਤਾ ਸਾਨੂੰ ਏਦਾਂ ਦੀ ਪੋਜੀਸ਼ਨ ਵਿੱਚ ਆਉਣ ਦਾ ਦਿੱਤਾ ਜਿਹੜੀ ਪੋਜੀਸ਼ਨ ਦੇ ਵਿੱਚ ਮੈਂ ਹਾਂ ਉਹਨਾਂ ਨੂੰ ਲੁਕਾਉਟ ਕਰਨਾ ਚਾਹੀਦਾ ਉਹਨਾਂ ਦੀ ਵੀ ਜਿਹੜੀਆਂ ਬੇਸਿਕ ਜਿਹਨੀਆਂ ਲੋੜਾਂ ਹੈਗੀਆਂ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਉਹਨਾਂ ਦੀਆਂ ਰਾਈਟਸ ਹੈਗੀਆਂ ਉਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ ਹੈ ਜਿਹੜਾ ਜਿਹੜਾ ਉਹਨਾਂ ਦੀ ਇਨਡੀਜਨਸ ਕਲਚਰ ਆ ਉਹਨੂੰ ਉਹਨੂੰ ਪ੍ਰਫੁੱਲਤ ਕਰਨਾ ਤੇ ਉਹਨਾਂ ਦੀ ਰਾਈਟਸ ਨੂੰ ਰਿਸਪੈਕਟ ਕਰਨਾ ਇਹ ਬਹੁਤ ਵੱਡਾ ਚੈਲੰਜ ਹੈ ਤੇ ਆਪਰਚੂਨਿਟੀਆਂ ਵੀ ਹੈਗੀਆਂ ਇਹਦੇ ਵਿੱਚ ਉਹ ਮੈਂ ਤਾਂ ਇਹ ਸਮਝਦਾ ਕਿ ਅਗਰ ਕੈਨੇਡਾ ਦਾ ਜਿਹੜਾ ਅਗਲਾ ਚੈਪਟਰ ਹੈ ਕੈਨੇਡਾ ਦਾ ਜਿਹੜਾ ਕੈਨੇਡਾ ਵਿਲੱਖਣ ਦੇਸ਼ ਹੈ ਅਗਰ ਉਹਦੂ ਵੀ ਅਸੀਂ ਹੋਰ ਵਿਲੱਖਣ ਦੇਸ਼ ਬਣਨਾ ਹੈ ਤਾਂ ਜਿਹੜੇ ਸਾਡੇ ਇਨਡੀਜਨਸ ਕਮਿਊਨਿਟੀ ਦੇ ਚੈਲੰਜ ਨੇ ਉਹ ਸਾਨੂੰ ਟੈਕਲ ਕਰਨੇ ਪੈਣਗੇ ਜਦੋਂ ਕੈਨੇਡੀਅਨ ਜਦੋਂ ਸੀਰੀਅਨ ਰਿਫਿਊਜੀਜ਼ ਨੂੰ ਲਿਆਉਣ ਦਾ ਤੁਸੀਂ ਫੈਸਲਾ ਕੀਤਾ ਉਹਦੀ ਇੱਕ ਪੱਖੋਂ ਰੈਜ਼ਿਸਟੈਂਸ ਵੀ ਹੋਈ ਹਾਲੀ ਵੀ ਕੋ ਪ੍ਰੋਬਲਮ ਆ ਰਹੀ ਹੈ ਉਹਦੇ ਵੇਖ ਕੇ ਹੁਣ ਸਾਰਿਆਂ ਨੇ ਐਕਸੈਪਟ ਕਰ ਲਿਆ ਕਿ ਉਹਨਾਂ ਨੇ ਆਉਣਾ ਹੀ ਹੈ ਔਰ ਦੇ ਆਰ ਵੈਲਕਮ ਦੇਖੋ ਪਹਿਲਾਂ ਥੋੜੀ ਰਜਿਸਟੈਂਸ ਹੋਈ ਸੀ ਕਿਉਂਕਿ ਲੋਕਾਂ ਦੇ ਵਿੱਚ ਕਾਫੀ ਭਲੇਖੇ ਸੀ ਕੁਝ ਤਾਂ ਭਲੇਖੇ ਜਾਣ ਕਰਕੇ ਪਾਏ ਜਾ ਰਹੇ ਸੀਗੇ ਕਿ ਇਹ ਸਾਰੇ ਮਿਡਲ ਈਸਟ ਤੋਂ ਆ ਰਹੇ ਨੇ ਸ਼ਾਇਦ ਇਹਨਾਂ ਦੇ ਨਾਲ ਅਤਵਾਦੀ ਕੋਈ ਸਾਡੇ ਦੇਸ਼ ਦੇ ਵਿੱਚ ਆ ਜਾਣ ਪਰ ਜਿਹੜੀ ਸਾਡੀ ਸਕਰੀਨਿੰਗ ਦੀ ਪ੍ਰੋਸੈਸ ਸੀ ਬੜੀ ਰਿਗਰਸ ਪ੍ਰੋਸੈਸ ਸੀ ਕਿ ਆਰਸੀਐਮਪੀ ਦੀ ਸਕਰੀਨਿੰਗ ਬਾਰਡਰ ਸਰਵਿਸਸ ਦੀ ਸਕਿਉਰਟੀ ਦੀ ਸਕਰੀਨਿੰਗ ਪਲੱਸ ਇੰਟਰਨੈਸ਼ਨਲ ਸਕਰੀਨਿੰਗ ਉਥੇ ਸੀਰੀਆ ਦੇ ਵਿੱਚ ਪਲੱਸ ਜਿਹੜੀ ਹੈਲਥ ਸਕਰੀਨਿੰਗ ਉਹ ਅਸੀਂ ਇਸ ਢੰਗ ਦੇ ਨਾਲ ਕੀਤੀ ਆ ਕਿ ਜਿਹੜੇ ਲੋਕਾਂ ਦਾ ਡਰ ਸੀਗਾ ਉਹ ਹੁਣ ਦੂਰ ਹੋ ਚੁੱਕਿਆ ਤੇ ਲੋਕਾਂ ਨੇ ਐਕਚੁਅਲੀ ਅمبرੇਸ ਕਰ ਰਹੇ ਨੇ ਹੇਟ ਲੋਕ ਕਿ ਉਹਨਾਂ ਲੋਕਾਂ ਨੂੰ ਅمبرੇਸ ਕਰ ਰਹੇ ਨੇ ਕਿ ਅਸੀਂ ਐਜ਼ ਅ ਕੈਨੇਡੀਅਨ ਮਿਡਲ ਈਸਟ ਦੇ ਵਿੱਚ ਸ਼ਾਂਤੀ ਨੂੰ ਬਰਾਰਕਰ ਬਣਾਉਣ ਵਾਸਤੇ ਜਿਹੜਾ ਆਪਣਾ ਰੋਲ ਹੈ ਉਹ ਨਿਭਾ ਰਹੇ ਆ ਹਾ ਖਾਸ ਕਰਕੇ ਹਮੈਨਿਟੇਰੀਅਨ ਦੇ ਵਿੱਚ ਇੰਟਰਵੈਂਸ਼ਨ ਦੇ ਵਿੱਚ ਵੀ ਮਿਲਟਰੀ ਇੰਟਰਵੈਂਸ਼ਨ ਦੇ ਵਿੱਚ ਵੀ ਜਿਹੜੇ ਉੱਥੋਂ ਦੇ ਜਿਹੜੇ ਫੌਜੀ ਨੇ ਉਹਨਾਂ ਨੂੰ ਟ੍ਰੇਨ ਕਰਨਾ ਪਰ ਨਾਲ ਹਮੈਨਿਟੇਰੀਅਨ ਤੇ ਹੋਰ ਜਿਹੜੀ ਸਪੋਰਟ ਹੈ ਰਿਫਿਊਜੀਜ਼ ਨੂੰ ਵੈਲਕਮ ਕਰਨਾ ਆਪਣੇ ਦੇਸ਼ ਦੇ ਵਿੱਚ ਬਹੁਤ ਸਾਰੇ ਜਿਹੜੇ ਆਪਣੇ ਪੰਜਾਬੀ ਬਾਹਰ ਵਸਦੇ ਆ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਲਗਾਤਾਰ ਦੱਸਦੇ ਰਹਿੰਦੇ ਆ ਵੀ ਆ ਵੀ ਮੁਸ਼ਕਲ ਹੈ ਕਿਉਂਕਿ ਤੁਸੀਂ ਹੁਣ ਉਸ ਪੋਜੀਸ਼ਨ ਦੇ ਵਿੱਚ ਹੈ ਤੁਹਾਡੀ ਸਰਕਾਰ ਜਿਹੜੀ ਆ ਉਹ ਆਪਣੇ ਪੰਜਾਬੀਆਂ ਦੀਆਂ ਭਾਰਤੀਆਂ ਦੀਆਂ ਮੁਸ਼ਕਲਾਂ ਇੰਡੀਅਨ ਗਵਰਨਮੈਂਟ ਤੱਕ ਪਹੁੰਚਾਉਣ ਦੇ ਵਿੱਚ ਕੋਈ ਕਦਮ ਚੁੱਕ ਰਹੀ ਹੈ ਦੇਖੋ ਜੀ ਕੁਝ ਮੁਸ਼ਕਲਾਂ ਤਾਂ ਸਾਂਝੀਆਂ ਸਭ ਦੀਆਂ ਓਕੇ ਇਕਨੋਮਿਕ ਸਿਚੁਏਸ਼ਨ ਕੈਨੇਡਾ ਦੀ ਕਾਫੀ ਇਸ ਵੇਲੇ ਨਾਜ਼ੁਕ ਹੈ ਰਾਈਟ ਉਹਦਾ ਅਸਰ ਸਾਰਿਆਂ ਤੇ ਪੈ ਰਿਹਾ ਸੇਫਟੀ ਐਂਡ ਸਿਕਿਉਰਿਟੀ ਸਾਰਿਆਂ ਨੂੰ ਇੰਪੈਕਟ ਕਰਦੀ ਆ ਰਾਈਟ ਤੁਸੀਂ ਆਪਣੇ ਪਰਿਵਾਰਾਂ ਨੂੰ ਵਧੀਆ ਐਜੂਕੇਸ਼ਨ ਦੇਣਾ ਚਾਹੁੰਦੇ ਹੋ ਉਹ ਵੀ ਸਾਰਿਆਂ ਦਾ ਸਾਰਿਆਂ ਦਾ ਸਾਂਝਾ ਮਸਲਾ ਹੈਗਾ ਅਗਰ ਪੰਜਾਬੀ ਕਮਿਊਨਿਟੀ ਰਿਲੇਟਡ ਜਿਹੜੇ ਮਸਲੇ ਨੇ ਇਮੀਗ੍ਰੇਸ਼ਨ ਜੀ ਪਹਿਲਾਂ ਗੱਲ ਕੀਤੀ ਸੀ ਉਹ ਹੈਗਾ ਕੁਝ ਵੀਜ਼ਾ ਵਗੈਰਾ ਦੇ ਵੀਜ਼ਾ ਦੇ ਮਸਲੇ ਕੁਝ ਪਰਿਵਾਰ ਇਥੋਂ ਜਾ ਕੇ ਵਿਜ਼ਿਟ ਕਰਨਾ ਚਾਹੁੰਦੇ ਆ ਦੁੱਖ ਸੁੱਖ ਦੇ ਵਿੱਚ ਸਾਂਝ ਪਾਉਣੀ ਚਾਹੁੰਦੇ ਆ ਬਾਕੀ ਪਰਿਵਾਰਾਂ ਦੇ ਨਾਲ ਉਹ ਮਸਲੇ ਹੈਗੇ ਜਿਹੜੇ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਦੂਸਰਾ ਅਸੀਂ ਇਹ ਵੀ ਚਾਹੁੰਦੇ ਆ ਕਿ ਜੇ ਸਾਡੇ ਹਿੰਦੁਸਤਾਨ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਜਿਹੜੇ ਹੋਰ ਸਬੰਧ ਨੇ ਹੋਰ ਮਜ਼ਬੂਤ ਹੋਣ ਜਿਹੜੇ ਇਦਾਂ ਦੇ ਮਸਲੇ ਜੋ ਵੀ ਮਸਲੇ ਆਉਂਦੇ ਆ ਕਿਉਂਕਿ ਹਰ ਇੱਕ ਮਸਲਾ ਆਪਣੇ ਆਪ ਤੇ ਯੂਨੀਕ ਮਸਲਾ ਹੈਗਾ ਰੇ ਉਹਨੂੰ ਹੱਲ ਕਰਨ ਵਾਸਤੇ ਜਿਹੜੀ ਓਪਨੈਸ ਹੈਗੀ ਆ ਉਹ ਬਣ ਜਵੇ ਨਾ ਜਿਹੜਾ ਟਰਸਟ ਰਿਲੇਸ਼ਨਸ਼ਿਪ ਜਿਹੜਾ ਸਟਰੋਂਗ ਹੋ ਜਵੇ ਉਹਦੇ ਨਾਲ ਅਸੀਂ ਕਾਫੀ ਮਸਲੇ ਆ ਜਿਵੇਂ ਜ਼ਮੀਨਾਂ ਦੇ ਮਸਲੇ ਹੈਗੇ ਆ ਫਾਮੇ ਕੋਈ ਪਾਸਪੋਰਟ ਦਾ ਮਸਲਾ ਹੈਗਾ ਜਾਂ ਕੋਈ ਹੋਰ ਜਿਹੜੇ ਇੰਡੀਵਿਜੂਅਲ ਮਸਲੇ ਆ ਕਿ ਉਹਨਾਂ ਨੂੰ ਹੱਲ ਕਰ ਸਕੀਏ ਅਸਲੇ ਕੈਨੇਡਾ ਦੇ ਕੈਬਨਿਟ ਦੇ ਵਿੱਚ ਚਾਰ ਪੰਜਾਬੀ ਸਾਡੇ ਵਾਸਤੇ ਬੜੀ ਫਖਰ ਦੀ ਗੱਲ ਹੈ ਉੱਥੇ ਦੇ ਮਿਨਿਸਟਰੀ ਹੈ ਸੋ ਤੁਹਾਨੂੰ ਲੱਗਦਾ ਉਹਦੇ ਕਰਕੇ ਕੈਨੇਡਾ ਔਰ ਇੰਡੀਆ ਦੇ ਤੇ ਸੰਬੰਧ ਹੈ ਹੀ ਹੈ ਕੈਨੇਡਾ ਔਰ ਪੰਜਾਬ ਦੇ ਸੰਬੰਧ ਵੀ ਹੋਰ ਨੇੜੇ ਹੋ ਸਕਦੇ ਦੇਖੋ ਮੇ ਜਿੰਨਾ ਕਿ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਜੀ ਜਦੋਂ ਸਾਡੀ ਕੈਬਨਿਟ ਪ੍ਰਾਈਮ ਮਿਨਿਸਟਰ ਜਸਟਨ ਟੂਰੋ ਅੰਨਾ ਨੇ ਅਪੋਇੰਟ ਕੀਤੀ ਸੀ ਉਹਦਾ ਬੜਾ ਸਾਰੇ ਹੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਆ ਉਹਨਾਂ ਨੂੰ ਬੜਾ ਚਾਅ ਹੋਇਆ ਸੀ ਕਿ ਇਹ ਚਾਰ ਵਿਅਕਤੀ ਚੁਣਿਆ ਗਿਆ ਇਸ ਕੈਬਨਟ ਦੇ ਵਿੱਚ ਪ੍ਰਾਈਮ ਮਿਨਿਸਟਰ ਟਰੂਡੋ ਦਾ ਮਕਸਦ ਇਹ ਹੈ ਕਿ ਕੈਬਨਟ ਦੇ ਵਿੱਚ ਹਰ ਪਬਲਿਕ ਇੰਸਟੀਟਿਊਸ਼ਨ ਦੇ ਵਿੱਚ ਕੈਨੇਡਾ ਦੀ ਚਲਕ ਮਿਲਣੀ ਚਾਹੀਦੀ ਹੈ ਓਕੇ ਰਾਈਟ ਉਹ ਚਲਕ ਤੁਹਾਨੂੰ ਸਾਡੀ ਕੈਬਨਟ ਦੇ ਵਿੱਚ ਮਿਲ ਰਹੀ ਮਿਲ ਰਹੀ ਹੈ ਹੁਣ ਉਹ ਚਲਕ ਤੁਹਾਨੂੰ ਜਿਹੜੇ ਬਾਕੀ ਇੰਸਟੀਟਿਊਸ਼ਨ ਹੈ ਉਹਨਾਂ ਦੇ ਵਿੱਚ ਹੌਲੀ-ਹੌਲੀ ਮਿਲਣੀ ਸ਼ੁਰੂ ਹੋ ਜਾਣੀ ਹੈ ਅਗਰ ਟਰੂਲੀ ਅਸੀਂ ਮਲਟੀਕਲਚਰਲਿਜ਼ਮ ਦੇ ਵਿੱਚ ਯਕੀਨ ਰੱਖਦੇ ਹਾਂ ਟਰੂਲੀ ਇਹ ਕਹਿੰਦੇ ਆ ਕਿ ਹਾਂ ਕੈਨੇਡੀਅਨ ਕਿ ਤੋ ਵੀ ਮਰਜੀ ਆਇਆ ਹੈ ਕਦੋਂ ਵੀ ਮਰਜੀ ਆਵੇ ਉਹਦੇ ਹੱਕ ਬਰਾਬਰ ਦੇ ਨੇ ਤਾਂ ਜਿਹੜੀਆਂ ਸਾਨੂੰ ਉਹ ਡਿਲੀਬਰਟ ਇਦਾਂ ਦੇ ਸਟੈਪ ਚੁੱਕਣੇ ਪੈਣੇ ਨੇ ਰਾਈਟ ਤੇ ਉਹ ਜਦੋਂ ਅਸੀਂ ਸਟੈਪ ਚੁੱਕਦੇ ਆ ਤਾਂ ਦੂਜੇ ਦੇਸ਼ਾਂ ਵਾਸਤੇ ਸ਼ਾਇਦ ਅਸੀਂ ਇੱਕ ਰੋਲ ਮਾਡਲ ਬਣ ਸਕਤੇ ਹੋਈਏ ਰਾਈਟ ਕੈਨੇਡਾ ਸ਼ਾਇਦ ਰੋਲ ਮਾਡਲ ਬਣ ਸਕਦਾ ਹੋਵੇ ਕਿ ਕਿਵੇਂ ਅਸੀਂ ਸਟੈਪ ਚੁੱਕ ਕੇ ਇੱਕ ਰਿਫਲੈਕਟ ਰਿਫਲੈਕਸ਼ਨ ਦੇ ਸਕਦੇ ਆ ਆਪਣੇ ਦੇਸ਼ ਦੀ ਆਪਣੀ ਕਮਿਊਨਿਟੀ ਬਿਲਕੁਲ ਜੀ ਮੇਰੇ ਖਿਆਲ ਇਹ ਬਾਕੀ ਮੁਲਕ ਵੀ ਇਸ ਚੀਜ਼ ਜਿਹੜੀ ਹੈ ਸਿੱਖ ਸਕਦੇ ਆ ਕੈਨੇਡਾ ਤੋਂ ਜੀ ਤੁਸੀਂ ਅਮਰਜੀਤ ਜੀ ਇੱਥੇ ਵੀ ਰਹੇ ਹੁਣ ਵੀ ਆਉਂਦੇ ਜੇ ਉੱਥੋਂ ਦਾ ਸਿਸਟਮ ਵੀ ਵੇਖਿਆ ਉਹ ਸਿਸਟਮ ਦਾ ਤੁਸੀਂ ਹਿੱਸਾ ਜੇ ਹੁਣ ਕੀ ਫਰਕ ਲੱਗਦਾ ਵਾ ਉੱਥੋਂ ਦੀ ਸਿਆਸਤ ਐ ਇੱਥੋਂ ਦੀ ਸਿਆਸਤ ਚ ਦੇਖੋ ਸਿਆਸਤ ਬਾਰੇ ਤਾਂ ਮੈਂ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਬੜੇ ਲੰਬੇ ਸਮੇਂ ਤੋਂ ਮੈਂ ਕੈਨੇਡਾ ਦੇ ਵਿੱਚ ਰਹਿ ਰਹੇ ਆ ਰਾਈਟ ਉਸ ਤਰ੍ਹਾਂ ਦੀ ਨੌਲੇਜ ਨਹੀਂ ਹੈ ਮੈਨੂੰ ਜਿਸ ਤਰ੍ਹਾਂ ਦੀ ਨੌਲੇਜ ਹੋਣੀ ਚਾਹੀਦੀ ਹੈ ਕਿਸੇ ਵੀ ਸਿਆਸੀ ਕਮੈਂਟ ਦੇਣ ਵਾਸਤੇ ਰਾਈਟ ਪਰ ਮੈਂ ਇਹਨਾਂ ਜ਼ਰੂਰ ਕਹਿ ਸਕਦਾ ਕਿ ਅਗਰ ਅਸੀਂ ਆਪਣੇ ਜਿਹੜੇ ਤਾਲਮੇਲ ਹੈ ਵਧਾਵਾਂਗੇ ਰਾਈਟ ਇਹ ਕੈਨੇਡੀਅਨ ਪੰਜਾਬੀ ਇੰਡੀਆ ਦੇ ਨਾਲ ਆਪਣੇ ਜਿਹੜੇ ਜਾਂ ਇੰਡੋ ਕੈਨੇਡੀਅਨ ਕਹਾਂਗੇ ਕੈਨੇਡੀਅਨ ਪੰਜਾਬੀ ਨਹੀਂ ਪੂਰੀ ਇੰਡੋ ਕੈਨੇਡੀਅਨ ਕਮਿਊਨਿਟੀ ਹੈ ਜਿਹੜੀ ਕੈਨੇਡਾ ਦੀ ਉਹ ਆਪਣੇ ਤਾਲਮੇਲ ਇੰਡੀਆ ਦੇ ਨਾਲ ਵਧਾਵੇਗੀ ਜਿਹੜੀ ਕਲਚਰਲ ਐਕਸਚੇਂਜ ਸਾਡੇ ਵਿੱਚ ਹੋਣਗੀਆਂ ਜੇ ਪੋਲਿਟিক্যাল ਵੈਲਿਊ ਜਾਂ ਕਿਹ ਚਾਹੇ ਸਾਡੇ ਵਿੱਚ ਹੋਣਗੀਆਂ ਤਾਂ ਉਹਦਾ ਦੋਨਾਂ ਦੇਸ਼ਾਂ ਨੂੰ ਫਾਇਦਾ ਹੋਣਾ ਹੈ ਰਾਈਟ ਸੋ ਇੱਕ ਦੂਜੇ ਤੋਂ ਸਿੱਖਣਾ ਇੱਕ ਦੂਜੇ ਦੀ ਜਿਹੜੀ ਚੰਗੀ ਚੀਜ਼ਾਂ ਨੂੰ ਅਪਣਾਉਣਾ ਰਾਈਟ ਜਿਹੜੀ ਮਾੜੀ ਚੀਜ਼ ਆ ਉਹਤੇ ਜਾਨੀ ਬਹਿਸ ਹੋਣੀ ਕਿ ਕਿਉਂ ਮਾੜੀ ਆ ਕਿਉਂਕਿ ਬਹਿਸ ਦੇ ਅਨੁਸਾਰ ਅਸੀਂ ਕੁਝ ਚੀਜ਼ਾਂ ਨਕਾਰ ਸਕਦੇ ਹਾਂ ਕਿ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਉਹਦੇ ਵਿੱਚ ਮੈਨੂੰ ਕਾਫੀ ਪੋਟੈਂਸ਼ੀਅਲ ਲੱਗਦਾ ਹੈ ਰਾਈਟ ਤੁਹਾਨੂੰ ਲੱਗਦਾ ਹੈ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਅਗਲੇ ਕੁਝ ਦਿਨਾਂ ਦੇ ਵਿੱਚ ਅਗਲੇ ਕੁਝ ਮਹੀਨਿਆਂ ਵਿੱਚ ਇੰਡੀਆ ਆ ਸਕਦੇ ਹੈ ਇਹਦੇ ਬਾਰੇ ਤਾਂ ਮੈਂ ਨਹੀਂ ਦੱਸ ਸਕਦਾ ਜੀ ਕਿਉਂਕਿ ਇਹ ਤਾਂ ਪ੍ਰਾਈਮ ਮਿਨਿਸਟਰ ਹੁਣਾ ਦਾ ਅਪ ਦਾ ਫੈਸਲਾ ਹੋਣਾ ਹੈ ਪਰ ਅਸੀਂ ਪੂਰੇ ਪ੍ਰਾਈਮ ਮਿਨਿਸਟਰ ਸਾਹਿਬ ਪੂਰੀ ਦੁਨੀਆ ਦੇ ਨਾਲ ਆਪਣੇ ਜਿਹੜੇ ਰਿਲੇਸ਼ਨਸ਼ਿਪ ਹੈ ਉਹ ਸੁਧਾਰਨਾ ਚਾਹੁੰਦੇ ਆ ਰਾਈਟ ਤੇ ਹੋਰ ਵਧੀਆ ਬਣਾਉਣੇ ਚਾਹੁੰਦੇ ਆ ਤੇ ਡੈਫਨਿਟਲੀ ਇੰਡੀਆ ਇੱਕ ਬਹੁ ਬੜਾ ਮੁਲਕ ਹੈ ਤੇ ਇੰਡੀਆ ਦੀ ਕਮਿਊਨਿਟੀ ਬੜੀ ਸਟਰੋਂਗ ਹੈ ਕੈਨੇਡਾ ਦੇ ਵਿੱਚ ਸੋ ਕਾਫੀ ਪੋਟੈਂਸ਼ੀਅਲ ਹੈ ਕਿ ਜਿਹੜੇ ਸਾਡੇ ਰਿਲੇਸ਼ਨਸ਼ਿਪ ਹੈ ਹੋਰ ਮਜ਼ਬੂਤ ਹੋਣ ਤੇ ਆਪਣੇ ਹੁਣ ਪਿੱਛੇ ਪਿੰਡ ਦੀ ਗੱਲ ਕਰੀ ਉੱਥੇ ਕੌਣ ਰਹਿੰਦਾ ਦਾ ਤੁਸੀਂ ਤੇ ਹੁਣ ਕੈਨੇਡਾ 'ਚ ਮੇਰਾ ਪਰਿਵਾਰ ਵੀ ਹੈ ਕੈਨੇਡਾ 'ਚ ਹਾਂਜੀ ਅਸੀਂ ਤਿੰਨ ਬ੍ਰਦਰ ਕੈਨੇਡਾ ਦੇ ਵਿੱਚ ਹੈਗੇ ਇੱਕ ਸਾਡੀ ਸਿਸਟਰ ਅਮਰੀਕਾ ਦੇ ਵਿੱਚ ਹੈਗਾ ਇੱਕ ਸਿਸਟਰ ਸਾਡੇ ਇੱਥੇ ਹੈਗਾ ਓਕੇ ਰੌਣੀ ਪਿੰਡ ਦੇ ਵਿੱਚ ਉਹਨਾਂ ਦਾ ਆਪਣਾ ਪਰਿਵਾਰ ਹੈ ਤੇ ਪਿੰਡ ਦੇ ਵਿੱਚ ਸਾਡੇ ਤਾਇਆ ਜੀ ਦੇ ਲੜਕੇ ਅਵਤਾਰ ਸਿੰਘ ਤੇ ਉਹਨਾਂ ਦਾ ਪਰਿਵਾਰ ਰਹਿੰਦੇ ਆ ਤੇ ਸਾਡੇ ਇੱਕ ਹੋਰ ਵੱਡੇ ਮੇਰੇ ਤਾਇਆ ਜੀ ਦੇ ਵੱਡੇ ਲੜਕੇ ਆ ਜਿਹੜੇ ਭਿੰਦਰ ਸਿੰਘ ਸੋਹੀ ਉਹ ਇੱਥੇ ਆ ਜਾਂਦੇ ਆ ਰਾਈਟ ਤੇ ਉਹਨਾਂ ਦਾ ਪਰਿਵਾਰ ਕੈਨੇਡਾ ਦੇ ਵਿੱਚ ਵੀ ਹੈਗਾ ਉਹ ਵੀ ਬਾਪੂ ਜੀ ਦੀ ਦੇਖਭਾਲ ਦੇ ਵਿੱਚ ਤੇ ਅਵਤਾਰ ਮੇਰੇ ਜਿਹੜੇ ਤਾਇਆ ਜੀ ਦੇ ਛੋਟੇ ਬੇਟੇ ਆ ਦੋਨਾਂ ਨੇ ਕਾਫੀ ਬਾਪੂ ਜੀ ਦੀ ਦੇਖਭਾਲ ਦੇ ਵਿੱਚ ਆਪਣਾ ਜਿਹੜਾ ਸਾਡੀ ਸਾਡੇ ਸਾਂਝੇ ਤੌਰ ਤੇ ਹੈਲਪ ਕੀਤੀ ਅਸੀਂ ਪਰਿਵਾਰ ਦੇ ਤੌਰ ਤੇ ਸੋ ਇਹ ਇਹ ਵੀ ਅਸੀਂ ਮੈਂ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦਾ ਕਿ ਸਾਡਾ ਜਿਹੜਾ ਪਰਿਵਾਰ ਹੈ ਬੜਾ ਯੂनाइटेड ਇਕੱਠਾ ਸਾਂਝਾ ਪਰਿਵਾਰਾਤਮਕ ਦੂਜੇ ਦੀ ਇੱਕ ਦੂਜੇ ਦੀ ਅਸੀਂ ਕੇਅਰ ਬਹੁਤ ਕਰਦੇ ਹੋਰ ਵੀ ਕਿਸੇ ਨੂੰ ਪੋਲਿਟਿਕਸ ਦੇ ਵਿੱਚ ਸਿਆਸਤ ਚ ਇੰਟਰਸਟ ਹੈ ਕਿਉਂਕਿ ਸਾਡੇ ਤੇ ਇੱਥੇ ਰਿਵਾਜ ਬਣਿਆ ਵਾ ਵੀ ਜੇ ਇੱਕ ਬੰਦਾ ਆ ਜਾਏ ਤੇ ਫਿਰ ਸਿਆਸਤ ਤੇ ਕੈਰੀਅਰ ਹੀ ਬਣ ਜਾਂਦਾ ਨਹੀਂ ਜੀ ਇਸ ਇਸ ਵੇਲੇ ਤੱਕ ਤੇ ਨਹੀਂ ਆ ਜਿਹੜਾ ਇਹ ਪੋਲਿਟਿਕਸ ਦੇ ਵਿੱਚ ਹੈਗਾ ਰੇਟ ਪਰ ਪੋਲਿਟਿਕਸ ਵੀ ਅਭੀ ਆਪਣੀਆਂ ਆਪਣੀਆਂ ਵੱਖਰੀਆਂ ਵੱਖਰੀਆਂ ਤਰੀਕੇ ਨਾਲ ਕੰਟ੍ਰਿਬਿਊਟ ਕਰਦਾ ਕਰੰਦਾ ਹੁੰਦਾ ਹੈ ਸਾਡੇ ਸਾਡੇ ਪਰਿਵਾਰ ਕਾਫੀ ਸੋਸ਼ੀਅਲੀ ਅੰਗੇਜਡ ਫੈਮਿਲੀ ਹੈਗੀ ਆ ਵੱਖਰੇ ਵੱਖਰੇ ਏਰੀਆ ਦੇ ਵਿੱਚ ਅਸੀਂ ਕੰਟ੍ਰਿਬਿਊਟ ਕਰਦੇ ਆ ਹਾਂ ਜੇ ਅਗੇ ਡਾਇਰੈਕਟ ਪੋਲਿਟਿਕਸ ਦੀ ਗੱਲ ਕੀਤੀ ਜਾਵੇ ਤਾਂ ਡੈਫਰੈਂਟਲੀ ਆ ਆਮ ਦੋ ਓਨਲੀ ਵਨ ਸੋ far थैंक यू वेरी मच ਬਹੁਤ ਬਹੁਤ ਧੰਨਵਾਦੀ ਸਮਾਂ ਕੱਢਿਆ ਦਾ थैंक यू so much ਕਿ ਤੁਸੀਂ ਮੈਨੂੰ ਬੁਲਾਇਆ ਆਪਣੇ ਸਟੂਡੀਓ ਦੇ ਵਿੱਚ ਇਹ ਹਨ ਅਮਰਜੀਤ ਸੋਹੀ ਜਿਨ੍ਹਾਂ ਇਹ ਕਹਰਦ ਖਾਇਆ ਕਿ ਜੇ ਤੁਹਾਡਾ ਦ੍ਰਿੜ ਇਰਾਦਾ ਹੋਵੇ ਤਾਂ ਤੁਸੀਂ ਕੀ ਕੁਝ ਹਾਸਲ ਕਰ ਸਕਦੇ ਹੋ ਇੱਕ ਸੁਧਾਰਨ ਪਰਿਵਾਰ ਤੋਂ ਪੰਜਾਬ ਦੇ ਪਿੰਡ ਤੋਂ ਅਮਰਜੀਤ ਸੋਈ ਨੇ ਭਾਰਤੀ ਜੇਲ੍ਹਾਂ ਚ ਤਸੀਹੇ ਵੀ ਚੱਲੇ ਨੇ ਪਰ ਉਹ ਬਾਅਦ ਚ ਕੈਨੇਡਾ ਚ ਉਹਨਾਂ ਨੇ ਮਹਾਰਤਾ ਹਾਸਲ ਕੀਤੀ ਉਹ ਸਾਡੇ ਸਾਰਿਆਂ ਵਾਸਤੇ ਇੱਕ ਨਵੇਕਲਾ ਉਦਾਹਰਣ ਨੇ ਧੰਨਵਾਦ